वाहिगुरु जी सतनाम श्री वाहिगुरु साहिब जीओ वाहिगुरु जी गुरु गरीब नवाज धन श्री गुरु ग्रंथ साहिब जीओ महाराज आए प्रभु शरणागति कृपा निध दयाल एक अखर हर मन बसत नानक हो निहार एक अखर हर मन बसत नानक हो निहार ऐसी लाल तुझ बिन कौन करे गरीब नवाज गसैया मेरा माथे छतर धर जाकी शोत जगत को लाग ता पर तू ही डर नीच है ऊज करे मेरा गोविंद नीच है ऊज करे मेरा गोविंद काहू ते ना डरे नाम देव कबीर तलोचन सदना सैन तर नाम देव कबीर तलोचन सदना सैन तर कह रविदास सुन हरे संत हो सुन हरे संत हो हर जियो ते सब सर हर जियो ते सब सर मेरे नमस्कार लखबारी गरीबानों भजन Be part of
ਸੁਭਾਗਾ ਸਮਾਂ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਪ੍ਰਾਪਤ ਹੋਇਆ। ਆਓ ਸਾਰੀਆਂ ਸੰਗਤਾਂ ਬੜੇ ਅਦਭੁਤ ਸਤਿਕਾਰ ਦੇ ਨਾਲ ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ। ਕੋਈ ਵੀ ਰਚਨਾ ਵਾਂਝੀ ਨਾ ਰਹੇ, ਸਾਰੀਆਂ ਸੰਗਤਾਂ ਸੀਸ ਝੁਕਾਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਅਤੇ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ, ਬੜੀ ਰਹਿਮਤ ਕੀਤੀ ਹੈ ਸਤਿਗੁਰਾਂ ਨੇ, ਤਿੰਨ ਰੋਜ਼ਾ ਗੁਰਮਤਿ ਚੇਤਨਾ ਸਮਾਗਮ ਧਾਰਮਿਕ ਦੀਵਾਨ ਅੰਮ੍ਰਿਤ ਸੰਚਾਰ ਦਾ ਜੋ ਪ੍ਰੋਗਰਾਮ ਉਲੀਕਿਆ ਸੀ ਇਸ ਨਗਰ ਪਿੰਡ ਮੰਡਵੀ ਸੰਗਰੂਰ ਵਿੱਚ ਸਾਹਿਬ ਕਮਾਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ, ਸ਼ਤਾਬਦੀ ਨੂੰ ਸਮਰਪਿਤ ਅੱਜ ਦੂਸਰੇ ਦੀਵਾਨ ਦੀ ਆਪਾਂ ਹਾਜ਼ਰੀਆਂ ਭਰ ਰਹੇ ਹਾਂ। ਸਾਡੇ ਦੂਰ ਦੁਰਾਡੇ ਤੋਂ ਸੰਗਤਾਂ ਚੱਲ ਕੇ ਆਈਆਂ, ਨਗਰ ਚੋਂ ਸੰਗਤਾਂ ਚੱਲ ਕੇ ਆਈਆਂ, ਸਤਿਗੁਰਾਂ ਦੇ ਦਰਸ਼ਨ ਦਿਦਾਰੇ, ਸੰਗਤਾਂ ਦੇ ਦਰਸ਼ਨ ਦਿਦਾਰੇ, ਜਥੇ ਵਾਲੇ ਸਿੰਘਾਂ ਪਾਸੋਂ ਆਪ ਗੁਰਬਾਣੀ ਕਥਾ ਕੀਰਤਨ ਗੁਰ ਇਤਿਹਾਸ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਸੀ। ਆਓ, ਰਹਿੰਦਾ ਸਮਾਂ ਜਿਵੇਂ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਗੁਰਬਾਣੀ ਗੁਰ ਇਤਿਹਾਸ ਗੁਰਮਤ ਵਿਚਾਰਾਂ ਨਾਲ ਜੁੜ ਕੇ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਿਆਂ ਕਰਨ ਦਾ ਯਤਨ ਕਰੀਏ। ਸਤਿਗੁਰਾਂ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਰੱਖੇ ਗਏ। ਸਤਿਗੁਰ ਦੀ ਰਹਿਮਤ ਕਿਰਪਾ, ਕੱਲ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸੀ ਔਰ ਇਸੇ ਤਰ੍ਹਾਂ ਅੱਜ ਮਹਾਨ ਭਗਤ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਹੈ, ਜਿੱਥੇ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ, ਉੱਥੇ ਮਹਾਨ ਭਗਤ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਵੀ ਆਪ ਦੂਰ ਦੁਰਾਡੇ ਤੋਂ ਸੰਗਤਾਂ ਚੱਲ ਕੇ ਆਈਆਂ, ਨਗਰ ਚੋਂ ਸੰਗਤਾਂ ਚੱਲ ਕੇ ਆਈਆਂ, ਸਤਿਗੁਰਾਂ ਦੇ ਦਰਸ਼ਨ ਦਿਦਾਰੇ, ਸੰਗਤਾਂ ਦੇ ਦਰਸ਼ਨ ਦਿਦਾਰੇ, ਜਥੇ ਵਾਲੇ ਸਿੰਘਾਂ ਪਾਸੋਂ ਆਪ ਗੁਰਬਾਣੀ ਕਥਾ ਕੀਰਤਨ ਗੁਰ ਇਤਿਹਾਸ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਸੀ। ਆਓ, ਰਹਿੰਦਾ ਸਮਾਂ ਜਿਵੇਂ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਗੁਰਬਾਣੀ ਗੁਰ ਇਤਿਹਾਸ ਗੁਰਮਤ ਵਿਚਾਰਾਂ ਨਾਲ ਜੁੜ ਕੇ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਿਆਂ ਕਰਨ ਦਾ ਯਤਨ ਕਰੀਏ। ਸਤਿਗੁਰਾਂ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਰੱਖੇ ਗਏ। ਸਤਿਗੁਰ ਦੀ ਰਹਿਮਤ ਕਿਰਪਾ, ਕੱਲ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸੀ ਔਰ ਇਸੇ ਤਰ੍ਹਾਂ ਅੱਜ ਮਹਾਨ ਭਗਤ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਹੈ, ਜਿੱਥੇ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ, ਉੱਥੇ ਮਹਾਨ ਭਗਤ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਵੀ ਆਪ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ, ਲੱਖ ਲੱਖ ਵਧਾਈਆਂ। ਉਹ ਭਗਤ ਰਵਿਦਾਸ
जिन्हां बाबत बजन ने भगत भगत जग वजिया चौ चक्कां विच चमरेटा भगत भगत करके शोभा संसार दे विच प्रगट होई जिन्हां दी भगत रविदास जी दी ओ भगत रविदास जी जिन्हां नूं लोग दुनिया नीच घराणा कहिंदी सी नीवे लोग कहिंदे सी दलित लोग कहिंदे सी गरीब लोग कहिंदे सी उस घर विच पैदा होके परमात्मा दी बंदगी भगती करके उच्चे मरातबे नूं हासिल कीता रविदास ढवंता ढोर नीत दिन त्यागी माया प्रगट हुआ साध संग हर दर्शन पाया ओ भगत रविदास जी दा जन्म दिहाड़ा जिस संसार भर च मनाया जा रहा लख लख मुबारक जिस भगत रविदास जी ने आप कह दिता कि मेरे जात कबीले दे लोगां नूं अज भी लोग नीच कहिंदे पर मेरे ते परमात्मा ने भगती दी दात बख्शिश करके मेहर कीती बंदगी दी दात बख्श के मेहर भरिया हथ रखिया ते अज उस परमात्मा दे चरणां विच लिव जुड़ गई है ते वड़े वड़े राज घराणियां दे लोग आके चरणी डिगदे ओ सारी परमात्मा दे नाम दी बंदगी दी भगती दी वड्याई है भगत रविदास जी ने जो बंदगी कीती भगती कीती उन्हां दे वचन धन गुरु ग्रंथ साहिब सच्चे पातशाह दी बाणी विच पढ़दे आ भगत रविदास जी दी बंदगी कमाल दी बंदगी आ कमाल दी भगती आ भगत रविदास जी कह देता हर सो हीरा छाड़ कै करह आन की आस ते नर दोजख जाएंगे सत भख है रविदास परमात्मा दे नाम रूपी हीरे नू छड़ के ते जेड़े होर आसां टकाउंदे फिरदे आ मड़ियां कबरां ते आसे पासे दंभ पखंड पिछे परवरत होए फिरदे आ कर्म कांड पिछे परवरत होए फिरदे आ कह देता हर सो हीरा छड़ के हरि परमात्मा दे नाम रूप हीरे नू छड़ के करे आन की आस आन भाव होर जेड़े होर आस टकाउंदे आ होर आस करदे आ होर पासे चित लाउंदे ध्यान जोड़दे आ ते नर दोजक जाएंगे ओ लोग दोजकां दी अग विच सड़नगे नरकां दी अग विच सड़नगे दोजकां च पैणा पवेगा सत भख है रविदास भगत रविदास जी ने ए सत कह दिता सत भाव सच असल वचन सचा वचन जेड़े ओ परमात्मा दी बंदगी परमात्मा दे नाम नू छड़ के होर आसां टकाउंदे आ ते नर दोजक जाहेंगे ओ नर दोजक दोजकां दी अग विच सड़नगे सत भख है रविदास भगत रविदास जी जिन्हां ने आप बंदगी कीती कांसी बनारस विच पैदा होके गुरमुख प्यारे जो इतिहास विच उन्हां दे जीवन दा जिक्र मिलदा है कि पिता संतोख दास जी दे घर माता कालसी दी कुखों भगत रविदास जी का जन्म भगत रविदास जी कांसी बनारस विच रह के उह कांसी बनारस जिन्हों ब्राह्मणा दा गढ़ मनिया जांदा है जिवें हरिद्वार ते कांसी बनारस ते उह कांसी बनारस जिथे पंडियां दा ब्राह्मणा दा गढ़ है ते उच्चियां जातां वाले 18 गोद दे स्वर्ण गोद दे ब्राह्मण ओ कहिंदे असीं मुक्त हो सकदे हां असीं रब नूं पा सकदे हां असीं कर्म धर्म दे हकदार हां नीचां नूं कोई हक नहीं शूद्रां नूं कोई हक नहीं हां जातां पातां परखण वाले बंदे ए नहीं देखदे साडी की जात जात भाव मानस जात है मानस जात सारी मानस जात एक है पर जिन्हां ने मानस जात विच वी वंडियां पा दित्तियां ए ब्राह्मण है ए शूद्र है ए वैश है ये जेड़े गुरमुख प्यारियों वंडियां ये ब्राह्मण है खत्री है शूद्र है वैश है चार भागां च वंड दिता मनुख नूं पर मानस जात नहीं पहचानिया दशमेश पातशाह गुरु गोबिंद सिंह महाराज भी वचन करदे है हिंदू तुरख राफ जी को इमाम साफी मानस की जात सब है एक है पहचान बो मनुखा जात नूं एक आखिया मानस की जात सब है एक है पहचान बो आख्या जिहड़ी मानस दी जात मनुखा जात है सारी एक है भगतां ने भी गुरमुख प्यारे कांसी बनारस जी जिथे भगत रविदास जी ने उस मानस जात दा हुक्का ऊच नीच दा दे भेद भाव नूं खत्म करन दा हुक्का उत्थे ही कांसी बनारस विच भगत कबीर जी ने जिहड़ा हुक्का गुरमुख प्यारे दिता
कह दिता जो तू ब्राह्मण ब्राह्मणी जाया तो आन बाट काहे नहीं आया। जे तू ब्राह्मण है कहना उची गोत दा उची कुल दा जेड़े मां दी कुख चो संसार पैदा होया जिस कुख राही सारा संसार आया उसे कुख राही तू पैदा होया। जे तू ब्राह्मण कोई वखरी जा उची जात गोत दा ते आन बाट काहे नहीं किसे होर रस्ते संसार ते आना सी। तू केड़ा मां दी वखी पाड़ के संसार विच आया मां दी कुख तो ही तैं जन्म लिया। जो तू ब्राह्मण ब्राह्मणी जाया तो आन बाट काहे नहीं आया ते होर रस्ते क्यों नहीं संसार दे विच आया। मानस दी एक जात गुरमुख प्यारियो मनुखा जात मानस की जात सब है एक है पहचान बोधा उपदेश जो सतगुरां गुरु ग्रंथ साहिब दी बाणी विच दृढ़ करवाया। भगतां दी बाणी द्वारा भी सतगुरां ने बाणी विच दृढ़ करवाया। भगत रविदास जी ने भी ओ होका कांसी बनारस दे विच गुरमुख प्यारियो इथों तक वचन ऐसी लाल तुझ बिन कौन करे मारू राग दे अंदर। गुरु ग्रंथ साहिब सच्चे पातशाह जो भगत रविदास जी दे वचन दर्ज ने ऐसी लाल तुझ बिन कौन करे। हे मेरे परमात्मा हे मेरे राम अल्लाह खुदा वाहिगुरु ऐसी कृपा ऐसी करनी कौन कर सकदा ऐसी कुर्बानी ऐसी लाल तुझ बिन कौन करे। गरीब नवाज गुसैया मेरा माथे छतर धरे गरीबां नूं नवाजण वाला ते माथे छतर भाव बादशाहियां बख्शण वाला राज भाग बख्शण वाला मथे ते छतर चलाउण वाला सिर ते छतर चलाउण वाला ओ परमात्मा ऐसी लाल तुझ बिन कौन करे। गरीब नवाज गुसैया मेरा माथे छतर धरे आख्या ओ परमात्मा ही जेड़ा गरीबां नूं नवाजदा ओ वाहिगुरु अल्लाह खुदा ही है जेड़ा गरीबां नूं नवाजदा ते नवाजिया गुरु नानक दे घर ने। अज भगत रविदास जी दा जन्म दिहाड़ा संसार भर च मनाया जा रहा है। गुरमुख प्यारियो सतगुरां ने नवाजिया सतगुरु सच्चे पातशाह गुरु गोबिंद सिंह सच्चे पातशाह दे वचन पढ़िए गुरु नानक दे वचन पढ़िए गुरु ग्रंथ साहिब दी बाणी दे अंदर सतगुरां दे इथों तक कह देता नीचा अंदर नीच जात नीची हूं अत नीच नानक तिन कै संग साथ वड्डियां स्यों क्या रीस जिथे नीच समालियन उथे नदर तेरी बखशीश। सतगुरां दे कह दिता जानो जोत ना पूछो जाति आगे जात ना ही जोत नू जानो हरेक च परमात्मा दी जोत है ना जानो ना पूछो जाति जात ना पूछो क्योंकि अगे परमात्मा दी दरगाह विच आगे जात ना ही उथे जातां पातां नहीं पुछियां जांदियां परमात्मा दी दरगाह विच। ए नहीं पुछिया जांदा तू किस जात गोत दे विच उथे तां गुरमुख प्यारे उथे सच्चे ही सच निबड़ै चुण वख कढे जज मालिया उथे ते कर्मां उपर निबड़ै कर्मां दे उते गुरमुख प्यारियो गल बात चंगे कर्मां दी माड़े कर्मां दी गल बात जातां गोतां दी गल नहीं परमात्मा दी दरगाह विच। ते गुरु नानक साहब सच्चे पातशाह ने भी इन्ना मान बड़ियाई जात गोत तो परे कर दिया जातां पातां दे भेद भाव चो कढ दिया ते दशमेश पातशाह ने भी कह दिता इन्हीं की कृपा के सजे हम है नहीं मोशो गरीब करोड़ पर। सतगुरु गुरु गोबिंद सिंह सच्चे पातशाह ने भी आख्या इन्हां दी क्योंकि बाई धार दे पहाड़ी राजिया ने रवालसर दी धरती ते आख्या सी साडे लई वखरा अमृत तैयार करो असी इन्हां नीवियां जातां वालियां दे नाल अमृत नहीं छकना साडे लई वखरा खंडे बाटे दा अमृत तैयार। सतगुरां आख्या अमृत ते इको ही है ते इको खंडे बाटे च छकाया जाणा वखरा नहीं ये कोई भेद भाव नाल नहीं छकाया जांदा ते भेद भाव नू खत्म करदा ते नाले जिन्हां नू तुसी नीवियां जातां दे कहिंदे हो आ जिन्ने जट झीवर नाई सीम्बे जिन्हां नू तुसी कहिंदे नीवियां जातां अज भावे असी जट नू वड्डी गोत समझदे आ जट भाईचारा पर माफ करियो ब्राह्मणा दी निगाह दे अंदर कोई फर्क नहीं। गुरमुख प्यारियो ब्राह्मण जिन्हां ने वर्ण वंड आश्रम वंड पाई मनो समृति दे आधार ते उन्हां च कोई फर्क नहीं। सतगुरां ने आख्या जिन्हां नूं तुसीं नीवियां जातां गोतां दे कहिंदे हो इन्हां दी कृपा दे नाल ते मैं सजियां युद्ध जिते इन्हीं के प्रसाद सो दान करे। सतगुरु सच्चे पातशाह ने आख्या इन्हां दी कृपा दे नाल ते मैं वड्डे वड्डे युद्ध जिते जंग जिते आ
इन्हां दी कृपा दे नाल इन्हीं के प्रसाद सो विद्या लई इन्हां दी कृपा दे नाल विद्या ज्ञान हासिल कीता इन्हीं के कृपा फुन धाम भरे इन्हां दी कृपा दे नाल ही सारे भंडार भड़े आ इन्हीं की कृपा सतगुरु सच्चे पातशाह महाराज कहिंदे सारा कुछ इन्हां दी कृपा नाल तुसीं कहिंदे नीवियां जातां दे आगे औग टरे इन्हीं के प्रसाद इन्हीं की कृपा सब सतर मरे इन्हीं की कृपा के सजे हम हैं नहीं मोसो गरीब करोर परे सतगुरु सच्चे पातशाह ने आख्या मैं तो इन्हां दी कृपा दे नाल सजे हां नहीं तो मेरे वर्गे करोड़ा गुरु गोबिंद सिंह सच्चे पातशाह ने भी इन्ना मान इन्नी वड्याई बख्शी अज भगत रविदास जी भी कह रहे हैं ऐसी लाल तुझ बिन कौन करे गरीब नवाज गुसैया मेरा माथा छतर धरे जाकी छोत जगत को लागे कहिंदे जिन्हां दे नाल सुन नाल बंदा कहिंदा मैं भिटिया गया उच्ची जात वाले ब्राह्मण जिहड़े अपने आप उच्ची जात दे समझदे ओह कहिंदे ई भ्रिष्ट हो गए भिटे गए साडे नाल जाकी छोत जगत को लागे ता पर तू ही डरै परमात्मा उन्हां ते तू ही डरदा उन्हां ते तेरी कृपा नीचे ऊज करे मेरा गोविंद काहू ते ना डरै ओह नीचा नूं ऊज करन वाला परमात्मा वो किसे तो डरदा नहीं निरभउ है निर्वैर वो नहीं डरदा किसे को भय काहू को देतने ने पै मान आण दा सिद्धांत सानू दिता ते आप भी उसते पहरा दिंदा वो परमात्मा किसे तो डरदा नहीं नीचे ऊच करे मेरा गोविंद काहू ते ना डरे भगत रविदास जी ने डंके दी चोट ते कांसी बनारस दे विच होका भगत कबीर साहब ने होका दिता ते सतगुरां दी बाणी दा होका आखिया जात पात दियां वंडियां ना पाओ मनुखता दे अंदर सारे मनुख भैन भरा बन के मानस जात बन के रहो ओ परमात्मा दे जीव सारी मनुखता सारी मनुखा जोनी क्योंकि परमात्मा दे दरगाह च नहीं वेख्या जाना ए राजा है ए रंकिया ए अमीर है गरीब परमात्मा दी दरगाह च नहीं देखिया जाना ए ब्राह्मण है ए खत्री है ए शूद्र है ए वैश है परमात्मा दी दरगाह दे अंदर ते कर्मां दे नाल ही नवेड़े होने आ चंगे कर्मां वाले पार ते माड़े कर्मां वाले अध विचकार दोषकां दी अग विच नरकां दी अग विच ते जन्मां दी भट्ठी विच जन्मां जन्मांतरां च जम जम मरे मरे फिर जम्मे बहुत सजाए पया देश लम्मे उन्हां नूं ते फिर इन्हां चक्करां च पैणा पैणा क्योंकि सतगुर दी बाणी कहिंदी परमात्मा दी दरगाह विच उथे ते शुभ अमलां नाल नवेड़े होने आ उथे आ जातां गूतां दे चक्कर नहीं चलने सतगुरां बाणी च कह देता सारे रसना सफली करियो सोभे अमला न होने अनवेड़े जात किसे पुछनी नहीं Yeah.
प्यास किसे पूछनी नहीं, हे प्यारे प्यास किसे पूछनी नहीं, हर जी प्यास किसे पूछनी निर्जन प्यास किसे पूछनी नहीं, आज किसे ही 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 जान किसे पूछनी नहीं, सुख हमारा न होंगे नबे, जान किसे पूछनी नहीं, सुख हमारा न होंगे नबे, जान किसे पूछनी नहीं, सुख हमारा न होंगे नबे, जान किसे पूछनी नहीं, सतगुरां ने बाणी विच बचन दे दिता, सतगुरां ने बचन उचार दिता, आख्या शुभ अमलां दे नाल परमात्मा दी दरगाह विच ते शुभ अमलां नाल चंगे कर्मां दे नाल नबेड़ा होना, उत्थे कर्मां उपर निबड़ा जातां गोतां दे नाल नहीं कि कौन वड्डी कुल जात गोत विच जम्मिया कौन छोटी है, मनुख दियां बनाईयां जातां गोतां ना कोई कुल जात वड्डी है ते ना छोटी है, परमात्मा ने मानस जात पैदा कीती है, मनुखता ते मानस की जात सब है एक है पहचान बो, पर बड़ा अज गुरमुख प्यारियो दिखांत है साडे समाज दे अंदर रब दा बनाया होया बंदा इउं वड्डियां पाई बैठा, गुरमुख प्यारियो ज्यो चलिया ए मनुवाद अज भी भावे सतगुरां ने बड़ा ज्ञान बख्शिया, ज्ञान दियां चोटां रंजीत नगारियां ते सतगुर सच्चे पातशाह ने लाईयां, पर माफ करियो किन्ने समझे असि, किन्नियां ने इस अग्ञानता दे हनेरे नूं दूर कीता, किन्नियां ने इस वंडियां नूं दूर कीता, अज मना च झात मारन दी लोड़ है, मनुख वंडिया पिया अज भी ते पहलां गुरमुख प्यारियो इस तरीके नाल धर्मी लोगां ने वंडिया सी, अज सियासी लोगां ने वंड दिता, राजनीति ने सियासत ने वंड दिता, सियासत ने भारत दा संविधान जिस देश विच असी वसदे, भारत दा संविधान जिन्हां ने लिखिया सी गुरमुख प्यारियो डाक्टर भीम राव अंबेदकर, ਉਹਨਾਂ ਨੇ ਇਹ ਕਿਹਾ ਸੀ ਜਿਹੜੀਆਂ ਕੁਝ ਪਛੜੀਆਂ ਭਾਵ ਜਿਹੜੇ ਗਰੀਬ ਨੇ ਕੁਝ ਉਹਨਾਂ ਨੂੰ ਉੱਚਾ ਚੱਕਣ ਵਾਸਤੇ 10 ਸਾਲ ਰਿਜ਼ਰਵੇਸ਼ਨ ਦੀ ਲੋੜ ਆ, ਕਿ ਥੋੜਾ ਸਮਾਂ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ, ਉਹ ਵੀ ਆਪਣੇ ਜੀਵਨ ਦਾ ਪੱਧਰ ਉਤਾ ਉੱਚਾ ਚੁੱਕ ਲੈਣ, ਉਸ ਤੋਂ ਬਾਅਦ ਇਸ ਦੀ ਲੋੜ ਨਹੀਂ, ਸੰਵਿਧਾਨ ਲਿਖਣ ਵਾਲੇ ਨੇ ਤੇ ਐਸਾ ਲਿਖ ਦਿੱਤਾ, ਪਰ ਅੱਜ ਗੁਰਮੁਖ ਪਿਆਰਿਓ ਦਿਨੋ ਦਿਨ ਸਿਆਸੀ ਲੋਕਾਂ ਨੇ ਸਿਆਸਤ ਖੇਡਣ ਵਾਸਤੇ ਰਾਜਨੀਤੀ ਵੋਟਾਂ ਦੀ ਖਾਤਰ ਇੰਨੀਆਂ ਵੱਡੀਆਂ ਪਾ ਦਿੱਤੀਆਂ, ਭਾਈਚਾਰਿਆਂ ਦੇ ਵਿੱਚ ਵੰਡ ਦਿੱਤਾ, ਮਨੁੱਖਤਾ ਨੂੰ ਆਪਣਾ ਵੋਟ ਬੈਂਕ ਬਣਾਉਣ ਵਾਸਤੇ ਸਿਆਸੀ ਲੋਕਾਂ ਨੇ, ਪਹਿਲਾਂ ਧਰਮੀ ਲੋਕਾਂ ਨੇ ਵੰਡਿਆ, ਜਿਹੜੇ ਧਰਮੀ ਕਹਾਉਂਦੇ ਸੀ ਉਹਨਾਂ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਵੰਡੀਆਂ ਪਾਈਆਂ, ਫਿਰ ਸਿਆਸੀ ਲੋਕਾਂ ਨੇ, ਅੱਜ ਤੁਸੀਂ ਦੇਖਦੇ ਹੋ ਵੋਟਰ ਕਾਰਡ ਬਣਦਾ ਗੁਰਮੁਖ ਪਿਆਰਿਓ, ਜਾਤਾਂ ਗੋਤਾਂ ਲਿਖੀਆਂ ਜਾਂਦੀਆਂ ਨੇ, ਜਾਤਾਂ ਗੋਤਾਂ ਤੇ ਮਾਫ ਕਰਿਓ ਕੋਈ ਹੋਰ ਜਾਤ ਗੋਤ ਦੀ ਗੱਲ ਛੱਡੋ, ਸਿੱਖਾਂ ਦੇ ਅੰਦਰ ਹੀ ਕਿੰਨੀਆਂ ਜਾਤਾਂ ਗੋਤਾਂ, ਸਿੱਖ ਪੰਥ ਦੇ ਅੰਦਰ ਹੀ ਗੁਰਮੁਖ ਪਿਆਰਿਓ ਲਿਖੋ, ਜੱਟ ਸਿੱਖ, ਨਾਈ ਸਿੱਖ, ਝੀਵਰ ਸਿੱਖ, ਮਜ਼੍ਹਬੀ ਸਿੱਖ, ਰਵਿਦਾਸੀਆ ਸਿੱਖ, ਕਿੰਨਾ ਕੁਝ ਗੁਰਮੁਖ ਪਿਆਰਿਓ ਵੰਡੀਆਂ ਪਾਈਆਂ ਸਿਆਸੀ ਲੋਕਾਂ ਨੇ ਸਾਡੇ ਸਮਾਜ ਦੇ ਅੰਦਰ, ਸਿਰਫ ਵੋਟ ਬੈਂਕ ਪੱਕਾ ਕਰਨ ਵਾਸਤੇ ਰਾਜਨੀਤਿਕ ਲੋਕਾਂ ਦੀਆਂ ਪਾਈਆਂ ਹੋਈਆਂ ਇਹ ਵੰਡੀਆਂ, ਅੱਜ ਸਾਡੇ ਸਾਹਮਣੇ ਪਹਿਲਾਂ ਧਾਰਮਿਕ ਲੋਕਾਂ ਮਨੂ ਸਿਮਰਤੀ ਜਿਹਨੇ ਸਮਾਜ ਨੂੰ ਵੰਡਿਆ, ਸਨਾਤਨ ਮਤ ਦੀ ਉਹ ਮਨੂ ਸਿਮਰਤੀ ਜਿਹੜੇ ਅੱਜ ਵੀ ਉਸ ਦੇ ਅਨੁਸਾਰ ਗੁਰਮੁਖ ਪਿਆਰਿਓ ਕਹਿੰਦੇ ਪੂਰੇ ਭਾਰਤ ਦੇ ਉੱਤੇ ਅਸੀਂ ਆਪਣਾ ਉਹ ਰਾਜ ਕਰਨਾ, ਮਨੂ ਸਿਮਰਤੀ ਅਨੁਸਾਰ ਹਿੰਦੂ ਰਾਜ ਦੀ ਗੱਲ ਇਸ ਤਰ੍ਹਾਂ ਕਰਦੇ ਹੋ, ਗੁਰਮੁਖ ਪਿਆਰਿਓ ਸਾਰਿਆਂ ਨੂੰ
अपने अंडर अपने हेठां लाउणा चाहुंदे हो मनु सिमरती दे ख्याल अनुसार मनु सिमरती दीआं लिखतां अनुसार वंडियां पईआं सी जो अज सियासी लोगां ने ये वंडियां पा दित्तियां फिरकियां च वंड दित्ता भाईचारियां च वंड दित्ता पर आओ सतगुरां दी बाणी सानू रोशनी बख्शदी सतगुरां दा ज्ञान इस संबंध दे अंदर इन्हां वंडियां नू खत्म करन वास्ते इन्हां जातां गोतां नू इस वर्ण वंड आश्रम वंड नू जात गोत वंड नू खत्म करन लई सतगुर सच्चे पातशाह दी बाणी सतगुरां दा जीवन इतिहास भगतां दा जीवन इतिहास जिन्हां भगतां दा गुरमुख प्यारियो अज भगत रविदास जी दा जन्म दिहाड़ा है उस भगत रविदास जी दे जीवन नू पढ़िए ओ भगत रविदास जी बंदगी करके किड्डे उच्चे मरातबे ते गए ते परमात्मा दी कृपा लै कह भी दिता उन्होंने हे परमात्मा ये तेरे तो बिना किसे दे वास नहीं जो तू मेरे ते कृपा कीती बख्शिश कीती मेरे फिरके दे लोग अज भी मरे पशुआं दे चम दा कारोबार अज हों बनारसी आस पासा सतगुर दी बाणी विच भगत रविदास जी दे वचन ओ कहिंदे अज भी पर तू ऐसी कृपा कर दित्ती ऐसी लाल तुझ बिन कौन करे गरीब नवाज गुसैया मेरा माथे छतर धरे जाकी छोत जगत को लागे ता पर तू ही ढरे नीचे ऊच करे मेरा गोविंद काहू ते ना डर गज के आखो सतना ओ परमात्मा तेरा नाम तेरी बख्शिश तेरी कृपा तेरी करनी तेरे तो बिना कौन ऐसा कर सकता है सो भगत रविदास जी दी अज शोभा सारे संसार विच आ अज महिमा भगत रविदास भावे कांसी बनारस च पैदा होए पर सतगुरु सच्चे पातशाह गुरु ग्रंथ साहब दे अंदर उन्हां दी बाणी दर्ज आ ते अज आपां वी जाणदे माफ करियो शायद हो सकदा जेकर गुरु ग्रंथ साहब विच ऐसी बाणी भगत रविदास जी दी दर्ज ना हुंदी ते सानू बहुतियां नू भगत रविदास जी बारे ज्ञान ही ना हुंदा जिथे कांसी बनारस बड़े भगत होए गुरमुख प्यारे होर भी बड़े भगत होए आ पर जिन्हां दी बाणी गुरु ग्रंथ साहब विच नहीं आई सानू बहुतियां दा पता नहीं बहुतियां दा ज्ञान नहीं जिन्हां दी बाणी गुरु ग्रंथ साहब च दर्ज है सानू उन्हां दा ज्ञान है उन्हां भगतां दा चाहे वह भगत फरीद है भगत कबीर जी है भगत नामदेव जी है भगत रविदास जी है भगत सैन जी है चाहे वह भगत धन्ना जी है भगत परमानंद गुरमुख प्यारियो जिन्हां दी बाणी भगत जयदेव जी भगत सदना जी जिन्हां दी बाणी गुरु ग्रंथ साहिब सच्चे पातशाह च दर्ज है उन्हां दा सानूं ज्ञान बाणी असीं उन्हां दी पढ़दे सुणदे जिहड़े भगतां दी बाणी जां भगतां दा नाम गुरु ग्रंथ साहिब सच्चे पातशाह च नहीं आया सानूं उन्हां दा ज्ञान उन्हां दा पता नहीं ख्याल करना यह सतगुर सच्चे पातशाह दी बख्शिश है कि उन्हां बंदगी करके भगती करके ऐसी लाल तुझ बिन कौन करे उन्हां दी बंदगी भगती करके गुरु ग्रंथ साहिब विच बाणी उन्हां दी दर्ज ओ इलाही इलहाम जिहड़ा उन्हां नूं होया भगतां नूं ओ बाणी गुरु ग्रंथ साहिब सच्चे पातशाह च दर्ज है उन्हां भगतां दा जीवन साडे लई प्रेरणा स्रोत है पर क्यों उन्हां ने बंदगी कीती नहीं ते रह जाणा सी ओही जातां गोतां दी गल गुरमुख प्यारियो लोक नीजी कहिंदे सी दुरकारदे सी लोक पर इह सतगुरां दी बंदगी ने भगती ने उन्हां नूं उच्चा चुकिया सिमरन ने उच्चा चुकिया गुरु अर्जन देव सच्चे पातशाह ने भी वचन कर दिते गोबिंद 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 संग नाम देव मन लीणा आड़ दाम को शिफरो होयो लाखीना अद्धी दाम दा कहिंदे अद्धी कौड़ी दा मुल नहीं सी कहिंदे कहिंदे शिंबियां दे घर जम्मिया नामदेव आड़ दाम को शिफरो पर बंदगी भगती करके होयो लाखीना लखां दा बन गया करोड़ां दा बन गया बंदगी करके भगती करके ते बुनना तरना त्याग के प्रीत चरण कबीरा खड़ियां दा काम जुलायां दा कारोबार गुरमुख प्यारियो खड़िया बुनना पर ख्याल करियो जदो बंदगी भगती नाल वाहिगुरु परमात्मा नाल जुड़े
नीज कुला जोलाहरा भयो गुणी गहीरा जिनू नीज कुला जोलाहा कहिंदे सी लोग ओ गुणा दा गहीर गुणा दा खजाना बन गया गुणा दा भंडार बन गया ओ भगत कबीर वाहिगुरु दी बंदगी भगती दे नाल जुड़ के रविदास धवंता ढोर नीत तिन त्यागी माया प्रगट हुआ साध संग हर दर्शन पाया रविदास धवंता ढोर नीत ढोर मरे हुए पशुआं दी गल मरे हुए जानवर जेदी जात गोत भाईचारे दे लोग मुरदियां नूं ढोण मुरदियां दे चम दा कारोबार करन वाले पर माया दा त्याग पदार्थ दा त्याग करके उस परमात्मा परमार्थ नाल जुड़े बंदगी नाल जुड़े ते प्रगट हुआ साध संग हर दर्शन पाया सैन नाई बुत कारी ओ सैन नाइयां दे घर दा जन्म लोग नीमा कहिंदे सी बुतियां भरन वाला ओ घर घर सुनिया पर हिरदे वसिया पार ब्रह्म भगतां मैं गणिया हिरदे च परमात्मा वस गया गिणती भगतां विच आ गई गिणती संतां साधुआं विच आ गई इह बिद सुन के जट रोठ भगती लागा इह सुन के भगत धन्ना कहिंदे वी बाजी मार के सारे रह गया जटा तू अन भोल पुणे च तू बंदगी भगती कीती ना इह बिद सुन के जट रोठ भगती लागा ते फिर बंदगी कर दिया प्राप्ति की होए मिले परतख गुसैया तन्ना वड भागा गज खे आखो सतना ओ वड़े भागा वाला भगत तन्ना परमात्मा परतख मिलिया परतख दर्शन होए पर कादे नाल बंदगी करके भगती करके आओ भगतां ने भगती बंदगी कर परमात्मा दा सिमरन करके इन्हां बख्शां नूं हासिल कीता असीं वी परमात्मा दी बंदगी भगती नाल जुड़ के इस बख्शिश नूं हासिल कर लईए तां ही इह समागम सफल आ तां ही इह गुरमुख प्यादियो इह समागम गुरमुख चेतना समागम जो मंडवी नगर च रखिआ ए तां ही सफल है जे असीं बंदगी भगती गुरसिखी गुरु नाल जुड़ जाइए ते अज भगत रविदास जी दा जन्म दिहाड़ा सारे संसार च मनाया जा रहा उन्हां दा दिन मनाया तां ही सफल है कि उन्हां वांगू बंदगी भगती विच लग जाइए विद्वान कहिंदा जिनका दिन मनाते हो उनकी बात भी मन जिन्हों का दिन मनाउंदे उन्हां दी गल मन गुरुआं दे गुरपुर मनाउंदे शहीदां दे दिहाड़े संतां भगतां दे जीवन नगर कीर्तन कढ़दे आ श्री अखंड पाठ बाणी दे हुंदे आ कथा कीर्तन दरबार सजदे आ उन्हां च उन्हां दी गल मननी उन्हां दे जीवन तो सिखिया लैणी बंदगी भगती नाल जुड़ना ते भगत रविदास जी ने ते कह ही दिता कि हर सो हीरा छड के करे आन की आस ते नर दोजक जाहेंगे सत भाख है रविदास आओ जरा जुड़ियो है बंदगी दे नाल सारे भगती नाल जिथे कथा कीर्तन सरवण कर रहे उथे वाहिगुरु दा सिमरन सारे माई भाई पलाथियां मार के ध्यान गुरु चरणा च जोड़ के बैठो चौंकड़े मार के बैठो ते सारे गज के वाहिगुरु मंत्र दे जाप में शामिल होयो कि रसना वांझी ना रहे गुरु दी खुशी प्राप्त करनी आपां सारियां संगतां ने इथे आउणा साडा सफला हो जावे कोई कणी परमात्मा दे नाम दी असी लै जाइए कोई हिरदे च वसा के एक अखर हर मन बसत नानक होत निहाल आओ सारे कोई रसना वांझी ना रहे सिमरन च शामिल होवो जिस वाहिगुरु दा सिमरन बंदगी करके भगतां ने उच्चे मरातबे पाए भगत भगत जग वजिया चौ चक्का विच चमरेटा ओ भगत रविदास जी जिन्हां दी भगत भगत कर संसार ते महिमा होई आओ सारे रसना सफली करो ते सिमरन च शामिल होवो वाहिगुरु 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 गज के सारे सारी संगत वाहगुरु 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 वाहगुरु
वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਪਰਮਾਤਮਾ ਦੀ ਬੰਦਗੀ ਉਹ ਸੱਲਾ ਰਾਮ ਖੁਦਾ ਨੂੰ ਜਪਣਾ ਕੋਈ ਮੁਸਲਮਾਨ ਭਰਾ ਅੱਲਾ ਅੱਲਾ ਖੁਦਾ ਖੁਦਾ ਕਹੇ ਕੋਈ ਹਿੰਦੂ ਬ੍ਰਾਹਮਣ ਵੀਰ ਰਾਮ ਰਾਮ ਕਹੇ ਕੋਈ ਗੁਰਮੁਖ ਪਿਆਰਿਓ ਈਸਾਈ ਭਰਾ ਉਹ ਗੌੜ ਕਹਿ ਕੇ ਪਰਮਾਤਮਾ ਨੂੰ ਯਾਦ ਕਰੇ ਅਸੀਂ ਸਿੱਖਾਂ ਦੇ ਘਰ ਦਾ ਜਨਮ ਹੈ ਤੇ ਸਤਨਾਮ ਵਾਹਿਗੁਰੂ ਦਾ ਜਾਪ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਕਿਰਤਮ ਨਾਮ ਕਥੇ ਤੇਰੇ ਜਿਹਬ ਸਤਨਾਮ ਤੇਰਾ ਪਰਾ ਪੂਰਬਲਾ ਉਸ ਵਾਹਿਗੁਰੂ ਦਾ ਸਿਮਰਨ ਸਤਿਗੁਰ ਨੇ ਸਾਨੂੰ ਬਖਸ਼ਿਆ ਵਾਹਿਗੁਰੂ ਵਾਹਿਗੁਰੂ ਜਪਣਾ ਸਤਨਾਮ ਪਰਮਾਤਮਾ ਦਾ ਨਾਮ ਜਪਣਾ ਬੰਦਗੀ ਕਰਨੀ ਬਾਣੀ ਪੜ੍ਹਨੀ ਗੁਰਮੁਖ ਪਿਆਰਿਓ ਇਸ ਬੰਦਗੀ ਭਗਤੀ ਦੇ ਨਾਲ ਹੀ ਪਰਮਾਤਮਾ ਨੂੰ ਗੁਰਮੁਖ ਪਿਆਰਿਓ ਪਾਇਆ ਉਹਨਾਂ ਭਗਤਾਂ ਨੇ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਭਗਤ ਰਵਿਦਾਸ ਜੀ ਦਾ ਬੰਦਗੀ ਕਰਕੇ ਭਗਤੀ ਕਰਕੇ ਪਰਮਾਤਮਾ ਨੂੰ ਪਾਇਆ ਤੇ ਦੇਖੋ ਪਰਮਾਤਮਾ ਦੇ ਗੁਣ ਗਾਉਂਦੇ ਆਖਿਆ ਤੁਮ ਚੰਦਨ ਹਮ ਇਰੰਡ ਵਾਪਰੇ ਸੰਗ ਤੁਮਾਰੇ ਵਾਸਾ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ਪਰਮਾਤਮਾ ਅਸੀਂ ਤੇ ਇਰੰਡ ਦੀ ਨਿਆਈ ਪਰ ਤੂੰ ਚੰਦਨ ਬਿਰਖ ਦੀ ਨਿਆਈ ਆ ਤੇਰੇ ਨਾਲ ਲੱਗੀ ਹੋਈ ਹਵਾ ਜਦੋਂ ਸਾਡੇ ਅਰੰਡਾਂ ਦੇ ਨਾਲ ਲੱਗਦੀ ਅਰੰਡ ਵੀ ਚੰਦਨ ਬਣ ਜਾਂਦੇ ਆ ਕਿਉਂਕਿ ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਚੰਦਨ ਗੁਰਮੁਖ ਪਿਆਰੇ ਸਾਰੀ ਬਨਸਪਤੀ ਨੂੰ ਚੰਦਨ ਕਰ ਲੈਂਦਾ ਇੱਕ ਬਾਂਸ ਤੋਂ ਬਿਨਾਂ ਬਾਂਸ ਜਿਹੜਾ ਕਿਉਂਕਿ ਉਹ ਆਪਣੇ ਵਡਿਆਈ ਵਿੱਚ ਮਸਤਿਆ ਹੋਇਆ ਮੈਂ ਬੜਾ ਲੰਬਾ ਮੈਂ ਬੜਾ ਸੋਹਣਾ ਬਾਂਸ ਬਡਾਈ ਬੁੱਢਿਆ ਇਉਂ ਮਤ ਬੁੱਢੋ ਕੋਏ ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ ਬਾਂਸ ਚ ਸੁਗੰਧੀ ਨਹੀਂ ਆਉਂਦੀ ਗੁਰਮੁਖ ਪਿਆਰੇ ਕਿਉਂਕਿ ਉਹ ਬੜਾਈ ਦੇ ਵਿੱਚ ਬੁੱਢਿਆ ਹੋਇਆ ਹੰਕਾਰ ਵਿੱਚ ਮਸਤਿਆ ਹੋਇਆ ਪਰ ਬਾਕੀ ਸਾਰੇ ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਪਰਮਾਤਮਾ ਤੇਰੀ ਬੰਦਗੀ ਤੇਰੀ ਕਿਰਪਾ ਦੇ ਨਾਲ ਤੇਰੇ ਨਾਮ ਨੇ ਐਸੀ ਬਖਸ਼ਿਸ਼ ਕਰ ਦੇ ਦੇਖੋ ਗੁਰਮੁਖ ਪਿਆਰੇ ਬੰਦਗੀ ਕਰ ਭਗਤੀ ਕਰਕੇ ਪਰਮਾਤਮਾ ਨੂੰ ਵਸ ਕਰ ਲਿਆ ਭਗਤਾਂ ਨੇ ਭਗਤਾਂ ਨੇ ਵਸ ਕਰ ਲਿਆ ਜਿਸ ਗੰਗਾ ਤੇ ਯਾਤਰੀ ਜਾਂਦੇ ਸੀ ਇਸ਼ਨਾਨ ਕਰਨ ਵਾਸਤੇ ਉਹ ਗੰਗਾ ਭਗਤ ਰਵਿਦਾਸ ਜੀ ਦੇ ਕੋਲ ਖੁਦ ਹਾਜ਼ਰ ਹੁੰਦੀ ਭਗਤ ਰਵਿਦਾਸ ਦੇ ਉਹ ਜੁੱਤੀਆਂ ਗੰਢਣ ਵਾਲੇ ਔਜਾਰ ਦੇ ਹੇਠਾਂ ਦੀ ਲੰਘਦੀ ਸੀ ਗੰਗਾ ਭਗਤ ਰਵਿਦਾਸ ਜੀ ਦੀ ਜਦੋਂ ਜੀਵਨ ਸਾਖੀ ਪੜ੍ਹਦੇ ਆ ਤੇ ਜਿਸ ਔਜਾਰ ਦੇ ਉੱਤੇ ਉਹ ਗੁਰਮੁਖ ਪਿਆਰੇ ਜੁੱਤੀਆਂ ਗੰਢਦੇ ਸੀ ਉਸ ਔਜਾਰ ਦੇ ਹੇਠਾਂ ਦੀ ਗੰਗਾ ਗੁਰਮੁਖ ਪਿਆਰੇ ਲੰਘਦੀ ਸੀ ਤੇ ਜੇ ਗੰਗਾ ਜਾਣ ਵਾਲੇ ਕਿਸੇ ਬ੍ਰਾਹਮਣ ਨੇ ਆਖਿਆ ਭਗਤ ਰਵਿਦਾਸ ਨੂੰ ਰਵਿਦਾਸਾ ਚੱਲ ਚੱਲੀਏ ਗੰਗਾ ਇਸ਼ਨਾਨ ਕਰ ਤੇ ਆਖਿਆ ਮੇਰੇ ਕੋ ਅਕਿਰਤ ਜੋ ਸਮਾਂ ਨਹੀਂ ਆ ਮੈਂ ਵਿਹਲਾ ਨਹੀਂ ਜਾ ਸਕਾਂ ਪਰ ਆ ਲੈ ਫਰ ਆ ਜਿਹੜਾ ਮੇਰਾ ਭੇਟਾ ਮੇਰੀ ਹੈ ਗੰਗਾ ਨੂੰ ਭੇਟ ਕਰ ਦੇਵੀ ਕਸੀਰਾ ਦੇ ਦਿੱਤਾ ਗੁਰਮੁਖ ਪਿਆਰਿਓ ਬ੍ਰਾਹਮਣ ਦੇ ਕੋਲ ਜੀਵਨ ਸਾਖੀਆਂ ਇਸ਼ਾਰੇ ਮਾਤਰ ਮੈਂ ਬੇਨਤੀ ਕਰਾਂ ਭਗਤ ਰਵਿਦਾਸ ਜੀ ਦਾ ਜੀਵਨ ਤੇ ਜਦੋਂ ਜਾ ਨਾਲ ਹੀ ਕਹਿ ਦਿੱਤਾ ਐਵੇਂ ਨਾ ਲਿਜਾ ਕੇ ਗੰਗਾ ਚ ਸਿੱਟ ਦੀ ਮੇਰੀ ਭੇਟਾ ਕਿਨਾਰੇ ਤੇ ਖੜ ਕੇ ਗੰਗਾ ਨੂੰ ਕਈ ਰਵਿਦਾਸ ਨੇ ਭੇਟਾ ਭੇਜੀ ਆ ਤੇ ਜੇ ਬਾਂਹ ਬਾਹਰ ਕੱਢ ਕੇ ਫੜੇਗੀ ਤੇ ਭੇਟਾ ਦੇਣੀ ਆ ਤੇ ਕਹਿੰਦੇ ਰਵਿਦਾਸ ਦੀ ਭੇਟਾ ਜਦੋਂ ਬ੍ਰਾਹਮਣ ਗੰਗਾ ਤੇ ਗਿਆ ਅੱਜ ਤੱਕ ਕਦੇ ਉਹਨੇ ਐਸਾ ਦੇਖਿਆ ਹੀ ਨਹੀਂ ਜਾਂਦਾ ਸੀ ਗੰਗਾ ਇਸ਼ਨਾਨ ਕਰਦਾ ਮੁੜ ਆਉਂਦਾ
ਜਿਹੜਾ ਅਸਲ ਤੀਰਥ ਸੀ ਉਹ ਤਾਂ ਜਾਣਿਆ ਹੀ ਨਹੀਂ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਦੁਨਿਆਵੀ ਤੀਰਥਾਂ ਤੇ ਘੁੰਮਦਾ, ਜਿਹੜੀ ਤੀਰਥ ਅਸਲ ਗੱਲ ਲੈਣੀ ਪਰਮਾਤਮਾ ਦੇ ਨਾਮ ਦੀ ਉਹ ਤੇ ਲਈ ਨਹੀਂ, ਉਹ ਸੀ ਭਗਤ ਰਵਿਦਾਸ ਦੇ ਕੋਲ। ਤੇ ਜਦੋਂ ਜਾ ਕੇ ਗੁਰਮੁਖ ਪਿਆਰਿਓ ਕਿਨਾੜੇ ਖੜ ਕੇ ਉਸ ਪਾਂਡੇ ਨੇ, ਬ੍ਰਾਹਮਣ ਨੇ ਆਖਿਆ, ਗੰਗਾ ਮਾਤਾ ਗੰਗਾ ਮਈਆ, ਰਵਿਦਾਸ ਨੇ ਭੇਟਾ ਭੇਜੀ ਆ। ਤੇ ਜਦੋਂ ਗੁਰਮੁਖ ਪਿਆਰਿਓ ਭਗਤ ਰਵਿਦਾਸ ਦਾ ਨਾਂ ਆਇਆ ਤੇ ਗੰਗਾ ਦੇ ਵਿੱਚੋਂ ਕਹਿੰਦੇ ਬਾਂਹ ਨਿਕਲੀ, ਗੁਰਮੁਖ ਪਿਆਰਿਓ ਗੰਗਾ ਹਾਜ਼ਰ ਹੋਈ ਤੇ ਰਵਿਦਾਸ ਦੀ ਭੇਟਾ ਨੂੰ ਆਪਣੇ ਹੱਥਾਂ ਚ ਸਵੀਕਾਰ ਕੀਤਾ। ਗੱਜ ਕੇ ਆਖੋ ਸਤਨਾਮ। ਪਰਮਾਤਮਾ ਦੀ ਬੰਦਗੀ ਭਗਤੀ ਵਿੱਚ ਕਿੰਨਾ ਗੁਰਮੁਖ ਪਿਆਰਿਓ ਅਸਰ, ਕਿੰਨੀ ਤਾਕਤ ਹੈ। ਤਾਂ ਹੀ ਸਤਿਗੁਰਾਂ ਨੇ ਆਖਿਆ ਉਹ ਪਰਮਾਤਮਾ ਪੈਸਿਆਂ ਦੇ ਨਾਲ ਪਦਾਰਥਾਂ ਦੇ ਨਾਲ ਵਸ ਨਹੀਂ ਆਉਂਦਾ, ਧਨ ਦੌਲਤ ਦੇ ਨਾਲ ਜਨਕ ਪੁਨਹ ਚਰਨ ਦੇ ਨਾਲ ਵਸ ਨਹੀਂ ਆਉਂਦਾ, ਕਰਮ ਕਾਂਡਾਂ ਦੇ ਨਾਲ ਦਿਖਾਵਿਆਂ ਦੇ ਨਾਲ ਨਹੀਂ ਵਸ ਆਉਂਦਾ। ਨਾ ਤੂੰ ਆਵੈ ਵਸ ਬਹੁਤ ਕਢਾਵਣੇ, ਨਾ ਤੂੰ ਆਵੈ ਵਸ ਵੇਦ ਪੜਾਵਣੇ, ਨਾ ਤੂੰ ਆਵੈ ਵਸ ਕਿਤੇ ਸਿਆਣਪ, ਨਾ ਤੂੰ ਆਵੈ ਵਸ ਬਹੁਤਾ ਦਾਨ ਦੇ, ਨਾ ਤੂੰ ਆਵੈ ਵਸ ਤੀਰਥ ਨਹਾਈਐ, ਨਾ ਤੂੰ ਆਵੈ ਵਸ ਧਰਤੀ ਧਾਈਐ, ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਪਰਮਾਤਮਾ ਤੂੰ ਭਗਤਾਂ ਦੇ ਵਸ ਆ, ਭਗਤਾਂ ਨੂੰ ਤੇਰਾ ਹੀ ਤਾਣ, ਤੇਰੀ ਤਾਕਤ, ਤੇਰੀ ਬਖਸ਼ਿਸ਼ ਆ। ਤੇ ਗੁਰਮੁਖ ਪਿਆਰੇ ਜਿਹੜਾ ਰੱਬ ਨਾਲ ਰੁਪਈਆ ਨਾ ਮਿਲਦਾ, ਨਾ ਧਨ ਨਾ ਦੌਲਤ ਨਾ ਪਦਾਰਥਾਂ ਨਾ, ਜੇ ਕਦੇ ਰੱਬ ਰੁਪਈਆ ਨਾ ਮਿਲਦਾ ਹੁੰਦਾ ਤੇ ਰਾਜੇ ਗੋਪੀ ਚੰਦ, ਰਾਜੇ ਭਰਥੜੀ ਨਾਥ ਵਰਗੇ ਰਾਜ ਛੱਡ ਕੇ ਜੋਗੀ ਨਾ ਬਣਦੇ। ਜੇ ਰੱਬ ਕਦੇ ਰੁਪਈਆ ਨਾ ਮਿਲਦਾ ਹੁੰਦਾ ਤੇ ਸੋਨੇ ਦੀ ਲੰਕਾ ਵਾਲਾ ਤੇ ਰੱਬ ਨੂੰ ਰਸੋਈਆ ਲਾ ਲੈਂਦਾ ਗੁਰਮੁਖ ਪਿਆਰਿਓ। ਇੱਥੇ ਇਹੋ ਜੇ ਧਨਵਾਨ ਬਿਰਲੇ ਟਾਟੇ ਵਰਗੇ ਤੇ ਰੱਬ ਨੂੰ ਨੌਕਰ ਲਾ ਲੈਣ ਖਰੀਦ ਕੇ, ਰੱਬ ਰੁਪਈਆ ਨਾਲ ਧਨ ਦੌਲਤ ਨਾਲ ਨਹੀਂ ਮਿਲਦਾ। ਨਾ ਤੂੰ ਆਵੈ ਵਸ ਬਹੁਤ ਘਣਾਵਣੇ, ਤੇ ਹੋਰ ਬਹੁਤ ਸਾਰੇ ਘਣਾਵਣੇ ਕਰਮ ਬੜੇ ਗੁਰਮੁਖ ਪਿਆਰਿਓ, ਮਿਹਨਤਾਂ ਮੁਸ਼ਕਤਾਂ ਨਾਲ ਇਸ ਤਰ੍ਹਾਂ ਨਹੀਂ। ਰੱਬ ਰੱਬ ਤੇ ਰੱਬ ਦੀ ਬੰਦਗੀ ਭਗਤੀ ਕਰਨ ਦੇ ਨਾਲ ਸਭ ਕੋ ਤੇਰਾ ਵਸ ਅਗਮੇ ਗੋਚਰਾ, ਤੂੰ ਭਗਤਾਂ ਕਾ ਵਸ ਭਗਤਾਂ ਤਾਣ ਤੇਰਾ। ਪ੍ਰੇਮ ਦੀਆਂ ਡੋਰਾਂ ਪਾ ਕੇ ਗੁਰਮੁਖ ਪਿਆਰਿਓ ਰੱਬ ਦੇ ਭਗਤਾਂ ਨੇ, ਰੱਬ ਵਸ ਭਗਤਾਂ ਨੇ ਕਰ ਲਿਆ। ਪ੍ਰੇਮ ਦੀਆਂ ਪਾ ਕੇ ਡੋਰਾਂ ਰਹਿੰਦੇ ਨੇ ਮਸਤ ਦੀਵਾਨੇ, ਨਾਮ ਦੀਆਂ ਚੜੀਆਂ ਲੋੜਾਂ ਪਰਮਾਤਮਾ ਦੇ ਦੀਵਾਨੇ। ਦੱਦਾ ਆਖੇ ਦੂਰ ਬੜੀ ਮੰਜ਼ਲ ਫਕੀਰਾਂ ਵਾਲੀ, ਦੁਨੀਆਂ ਕੀ ਜਾਣੇ ਫਕਰ ਕਿੱਥੇ ਆ ਬਰਾਜ ਦੇ, ਸੁਣ ਹੈ ਸਮਾਧ ਲੱਗੀ ਨਾਲ ਪਰਮਾਤਮਾ ਦੇ, ਲੋਕੀ ਕੀ ਜਾਣਨ ਫਕਰ ਸੁੱਤੇ ਆ ਕੇ ਜਾਗਦੇ, ਹੱਥ ਤਸਬੀ ਨਾ ਮਾਲਾ ਭੇਖ ਭਗਵਾਨਾ ਕਾਲਾ, ਸੁਣ ਤੇ ਸਰਈਅਤ ਕੋਈ ਕੰਮ ਨਾ ਨਮਾਜ ਦੇ, ਪਰ ਲੋਕੀ ਬੇਗਿਆਤ ਮੁੱਲ ਪਾਵਦੇ ਪਖੰਡੀਆਂ ਦਾ, ਵਿਰਲੇ ਸਰੋਤੇ ਕੋਈ ਫਕਰਾਂ ਦੇ ਰਾਗ ਦੇ। ਉਹ ਫਕਰ ਰੱਬ ਦੇ ਪਿਆਰੇ ਜਿਨ੍ਹਾਂ ਰੱਬ ਨੂੰ ਪ੍ਰੇਮ ਦੀਆਂ ਡੋਰੀਆਂ ਪਾ ਕੇ ਵਸ ਕੀਤਾ। ਬਾਣੀ ਦੇ ਬਚਨ ਪੜਿਓ ਪਿਆਰ ਵਿੱਚ ਸਾਰੇ, ਉਹ ਰੱਬ ਵਸ ਭਗਤਾਂ ਨੇ ਕੀਤਾ, ਆਇਆਂ ਨੇ ਪ੍ਰੇਮ ਡੋਰੀਆਂ, ਵਸ ਭਗਤਾਂ ਨੇ ਕੀਤਾ, ਆਇਆਂ ਨੇ ਪ੍ਰੇਮ ਡੋਰੀਆਂ, ਰੱਬ ਵਸ ਭਗਤਾਂ ਨੇ ਕੀਤਾ। ਸਤਿ ਸ਼੍ਰੀ ਅਕਾਲ।
तू भगतां का वस भगतां तान तेरा प्रेम दियां लोड़ां पाके परमात्मा दे प्यारियां भगतां ने परमात्मा वस कीता नहीं वस आउंदा ना धनवाना को ना गुरमुख प्यारे ना तू आवे वस बहुत कनाव ना तू आवे वस वेद पढ़ा क्योंकि पढ़ पढ़ गड्डी लदी है पढ़ पढ़ भरी है साथ पढ़िया जेते बरस बरस पढ़िया जेते मास पढ़िया जेती आरजा पढ़िया जेते सास नानक लिखे एक गाल होर हूं मैं चखना चाख जेकर असल गल नू नहीं पढ़िया ते केवल वेद पढ़े ज्ञान पढ़िया किसे काम नहीं वतंडा वाद वाद विवाद वास्ते चर्चा वास्ते किसे काम नहीं जेकर उस एक अखर नू ना पढ़िया उस एक गल नू ना पढ़िया क्योंकि नानक लिखा एक गल ओ केड़ी गल बंदगी दी भगती दी जड़ी इन्हां भगतां ने पढ़ी गुरमुख प्यारियो भगत नामदेव ने भगत कबीर ने भगत रविदास जी ने ते कह दिता भगत रविदास जी कहिंदे नीचे ऊच करे मेरा गोबिंद काहू ते ना डरे जने शब्द आ ना पूरा भावे तरलोचन पर इथे तलोचन शब्द गुरु ग्रंथ साहब दी बाणी विच जेकर आउंदा नाम देव कबीर तलोचन ते सदना ओ सदना भगत गुरमुख प्यारियो चटकाई तो भगत बन गया जीवां नू झटका करन वाला जीवां नू कौन वाला गुरमुख प्यारियो सदना कसाई जिहदा नां सी पर रब दी मेहर होगी बंदगी ना भगती नाल जुड़ गया ते सदना सहन तरे परमात्मा ने कृपा कर दी नीचे ऊच करे मेरा गोबिंद वाहिगुरु दी कृपा गुरमुखो किसे माड़े मुलुक जेड़ा माड़े कर्म करदा ओहदे ते कृपा हो जावे ओ माड़े कर्म छड्ड के चंगे कर्मां च लग जांदा जे कई चंगे कर्म करन वाले जदों वाहिगुरु दी मेहर निगाह तों परे हो जांदे आ ते माफ करियो फिर माड़े कर्मां च लग जांदे आ कई गुरु घर जांदे बाणी पढ़दे छड्ड दिंदे ओ राह गुरु घर जाणा छड्डदा बाणी पढ़नी छड्डदी अमृत छकिया गुरु वाले बने साबत सूरत पर माड़े कर्म मूहरे आ गए साबत सूरत भी ना रहा अमृत भी छड्डदा बाणी पढ़नी छड्डदी गुरु घर जाना छड्डदा कारण को माड़ा कर्म अगे आ गया माड़ा कर्म ते कोई ऐसा कर्म करदा ओहदे अगे चंगा कर्म सतगुर दी मेहर रहमत कृपा हो गई ते ओ गुरमुख प्यारे साबत सूरत हो गया नशा छड्ड दिता वहम भरम पखंड छड्ड दिते खंडे बाटे दा अमर छक गुरु ग्रंथ साहब दे लड़ लग गया किन्नी संगत अमृतधारी बैठी है गुरु दे चरणा दे अंदर अज दे दीवान विच जिन्हा नहीं छकिया भी तैयार हो जो कल नू अमृत संचार सवेरे 10 बजे होना इथे गुरुद्वारा साहब पंज प्यारिया ने पहुंचना
अमृत की दात देनी गुरमर्यादा अनुसार भावे बहुत संगत अमृतधारी बैठी है जेडे अजे तक अमृतधारी नहीं हो और भी गुरु के जहाजे चढ़ो जेडे साबत सूरत नहीं हो भी साबत सूरत हो जेडे को नशे का सेवन कर दे नशे छो कोड़ वो छड़ दो नशिया नु बर्बादी गुरमुख प्यारे शरीर दी कर्म धर्म दी पदार्थ दी घर परिवार दी रिश्तेदार गुरमुख प्यारे नशियां दे करके टूट जांदा सब कुछ छड़ दो इन्हां चीजां नू त्यार कर त्यार हो जाओ हाथ खड़े करोगे दीवान विच जिन्नी संगत अमृतधारी बैठी पता लगे किन्नियां ने अमृत छके अज दे दीवान विच जिहड़ी संगत अमृतधारी हाथ खड़े रखियो जिन्नी संगत अमृतधारी माई भाई बैठे है खुशी का जकारा तकरीबन अद्धों वध संगत जिहड़ी है गुरु दे चरणा च अमृतधारी भाइयां दे नाल माइयां दी गिणती भी बराबर है माइयां बीबियां भी अमृतधारी तैयार बर तैयार खुशी का जयकारा सारे चढ़दी कला नाल छड़ के फिर बाहां हेठां कर लैणियां सारिआं नूं मुबारक बहुत धन्नवाद जिहड़े गुरु दे लड़ लगे जिहड़े नहीं ओह भी गुरमुख प्यारे गुरु के जहाजे चढ़न सारे खुशी दे जयकारे विच शामिल हो बोल नित अरदास भी करदे आ अरदास दे बोल सही प्यारे मेलो जिन्ना मिलिया तेरा नाम चेत आवे अरदास कर देना आपां सदा ते करदे भी रहना है अरदास ते अक्सर ए धारना भी पढ़दे हुंदे आ सारे रसना सफली करियो ए अरदास रूप धारना ते अरदास साडी गुरमुख प्यारे धारना अरदास अरदास दे विच कहे सतगुर सच्चे पातशाह सही प्यारे मिल जिन्ना मिलिया तेरा नाम चेते आवे जदो सतसंगी दी संगत मिलदी देखदे इत्थे आउंदे आ सतसंगत दा चाउ पैदा हुंदा किसे नाम अभ्यासी दी संगत मिलदी आ नाम अभ्यास करदा वेखदे आ नाम अभ्यास दी मन विच चेतनता पैदा हुंदी आ किसे गुरु लड़ लगे दी जदो संगत करदे आ वेखदे दर्शन करदे आ गुरु लड़ लगन दी चेष्टा पैदा हुंदी आ ताही अरदास करी दी सच्चे पातशाह किसे डिगे ढठे निंदक दी संगत ना देई ओना दी संगत देई जेड़े तेरे लड़ लगे तेरे नाल जुड़े आ जोड़दे आ ते ने ते अरदास भी असी यही गुरमुख प्यारे करदे ते करनी सच्चे पातशाह जिन्ना मिलिया तेरा नाम चेते I'm not afraid of the dark.
ਜਾਨਾ ਸੱਚੇ ਪਾਤਸ਼ਾਹ ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਜਿਨ੍ਹਾਂ ਦਸੰਦੜਿਆ ਦੁਰਮਤ ਵੰਜਾ ਮਿੱਤਰਿਆ ਸਾਡੜੇ ਸਹੀ ਹਾਂ ਟੁੰਡੇਂਦੀ ਜਗ ਸਵਾਇਆ ਜਨ ਨਾਨਕ ਵਿਰਲੇ ਹੈ ਉਹ ਵਿਰਲੇ ਹੀ ਆ ਪਰ ਉਹਨਾਂ ਦੀ ਸੰਗਤ ਸਾਨੂੰ ਮਿਲੇ ਗੁਰਸਿੱਖਾਂ ਦੀ ਸੰਗਤ ਗੁਰਮੁਖਾਂ ਦੀ ਸੰਗਤ ਸਤਸੰਗਤ ਦਾ ਮਹਾਤਮ ਵੀ ਕਿਉਂ ਸਤਿਗੁਰਾਂ ਦੀ ਬਾਣੀ ਵਿੱਚ ਇਹਨਾਂ ਸਤਿਗੁਰਾਂ ਦਰਸਾਇਆ ਮਾਫ ਕਰਿਓ ਕੱਲੇ ਬੈਠ ਕੇ ਨਾਮ ਜਪਣ ਨੂੰ ਵੀ ਉਨੀ ਮਹੱਤਤਾ ਨਹੀਂ ਸਤਿਗੁਰ ਨੇ ਦਿੱਤੀ ਕਿਉਂਕਿ ਸਿਧਾਂਤ ਆ ਫਿਲੋਸਫੀ ਆ ਸਤਿਗੁਰ ਦੀ ਕੱਲਾ ਬੈਠਾ ਬੰਦਾ ਹੰਕਾਰੀ ਹੋ ਜਾਊਗਾ ਵੀ ਮੇਰੇ ਵਰਗਾ ਕੋਈ ਜਪੀ ਤਪੀ ਨਹੀਂ ਹੈਗਾ ਮੇਰੇ ਵਰਗਾ ਕੋਈ ਬੰਦਗੀ ਕਰਨ ਵਾਲਾ ਹੀ ਨਹੀਂ ਹੈਗਾ ਹੰਕਾਰ ਆਜੂ ਮਨ ਦੇ ਅੰਦਰ ਕਿ ਮੈਂ ਬੜੀ ਬੰਦਗੀ ਕਰ ਰਿਹਾ ਮੈਂ ਬੜਾ ਜਪ ਤਪ ਕਰ ਰਿਹਾ ਪਰ ਜਦੋਂ ਸਤਸੰਗਤ ਵਿੱਚ ਬੈਠ ਕੇ ਜਪੂਗਾ ਫਿਰ ਹਉਮੇ ਨਹੀਂ ਆਊ ਹੰਕਾਰ ਨਹੀਂ ਕਿਉਂਕਿ ਆਸੇ ਪਾਸੇ ਹੋਰ ਵੀ ਸਤਸੰਗੀ ਬੈਠੇ ਆ ਹੰਕਾਰ ਨਹੀਂ ਆਊ ਹਉਮੇ ਨਹੀਂ ਆਊ ਤਾਂ ਸਤਸੰਗਤ ਦਾ ਵੀ ਮਹਾਨ ਮਹਾਤਮ ਸਤਿਗੁਰਾਂ ਨੇ ਬਾਣੀ ਚ ਦਰਸਾਇਆ ਤੇ ਇਥੋਂ ਤੱਕ ਕਹਿ ਦਿੱਤਾ ਏਕ ਪਲਕ ਸੁਖ ਸਾਧ ਸਮਾਗਮ ਕੋਟ ਬੈਕੁੰਠ ਹੈ ਪਾਏ ਰਹੋ ਵਿਚਾਰ ਗੁਰਮੁਖੋ ਕੱਲ ਨੂੰ ਅੰਮ੍ਰਿਤ ਸੰਚਾਰ ਹੈ ਜਿਨ੍ਹਾਂ ਅਜੇ ਤੱਕ ਨਹੀਂ ਛਕਿਆ ਨਾ ਲਿਖਾਓ ਆਪਣੇ ਪ੍ਰਬੰਧਕਾਂ ਕੋਲੇ ਗੁਰਮੁਖ ਪਿਆਰੇ ਗ੍ਰੰਥੀ ਸਿੰਘ ਭਾਈ ਪਰਮਜੋਤ ਸਿੰਘ ਜਿਹੜੇ ਇੱਥੇ ਸੇਵਾ ਕਰਦੇ ਆ ਦਮਦਮੀ ਟਕਸਾਲ ਵਿੱਚ ਵਿਦਿਆ ਪ੍ਰਾਪਤ ਕਰਕੇ ਇੱਥੇ ਗੁਰਮੁਖ ਪਿਆਰਿਓ ਬੜੀ ਵੱਡੀ ਗੱਲ ਹੈ ਗੁਰੂ ਦੀ ਬਾਣੀ ਨੂੰ ਸਿੱਖ ਕੇ ਫਿਰ ਸੇਵਾ ਕਰਨੀ ਅੱਜ ਬਹੁਤ ਘਾਟ ਆ ਗੁਰਮੁਖ ਪਿਆਰਿਓ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਕੀ ਪ੍ਰਚਾਰ ਤੇ ਛੱਡੋ ਇੰਨਾ ਹੀ ਕੰਮ ਕਰ ਲੈਂਦੇ ਵੀ ਜਿੰਨੇ ਗੁਰਦੁਆਰੇ ਉਹਨਾਂ ਨੂੰ ਗ੍ਰੰਥੀ ਸਿੰਘ ਹੀ ਪੜ੍ਹੇ ਲਿਖੇ ਦੇ ਦਿੰਦੇ ਵਿਦਵਾਨ ਬਾਣੀ ਨੂੰ ਜਾਣਨ ਵਾਲੇ ਪਰ ਖਿਆਲ ਹੀ ਨਹੀਂ ਇਸ ਪਾਸੇ ਸਾਡੇ ਧਰਮ ਚ ਨਿਘਾਰ ਇਸੇ ਕਰਕੇ ਆ ਰਿਹਾ ਤਾਂ ਹੀ ਆ ਜਿੰਨੀਆਂ ਗੁਰਮੁਖ ਪਿਆਰਿਓ ਗਿਰਾਵਟਾਂ ਆਈਆਂ ਇਸੇ ਕਾਰਨ ਆ ਇਹ ਤੇ ਸਤਿਗੁਰਾਂ ਦੀਆਂ ਚਲਾਈਆਂ ਟਕਸਾਲਾਂ ਸੰਪਰਦਾਵਾਂ ਜਿਹੜੀਆਂ ਅੱਜ ਵੀ ਕੁਝ ਪ੍ਰਚਾਰ ਕਰ ਰਹੀਆਂ ਨਹੀਂ ਤੇ ਬਹੁਤੇ ਅੱਜ ਮਾਫ਼ ਕਰਨਾ ਟਕਸਾਲਾਂ ਸੰਪਰਦਾਵਾਂ ਦਾ ਵੀ ਜਿਹੜਾ ਹਾਲ ਹੋ ਗਿਆ ਸਾਨੂੰ ਪਤਾ ਹੀ ਆ ਉਹ ਵੀ ਰਾਜਨੀਤੀ ਦਾ ਸ਼ਿਕਾਰ ਸਿਆਸਤ ਦਾ ਸ਼ਿਕਾਰ ਹੋ ਗਈਆਂ ਜੋ ਡਿਊਟੀ ਬਣਦੀ ਸੀ ਉਹ ਡਿਊਟੀ ਨੂੰ ਛੱਡ ਕੇ ਹੋਰ ਹੀ ਪਾਸੇ ਤੁਰ ਪਏ ਕਰਨਾ ਤੇ ਧਰਮ ਦਾ ਪ੍ਰਚਾਰ ਸੀ ਉਹਨਾਂ ਨੇ ਅੰਮ੍ਰਿਤ ਸੰਚਾਰ ਬਾਣੀ ਬਾਣੀ ਦਾ ਪ੍ਰਚਾਰ ਪਿੰਡ ਪਿੰਡ ਸ਼ਹਿਰ ਸ਼ਹਿਰ ਉਹ ਤਾਂ ਲੀਡਰਾਂ ਦੇ ਝੋਲੇ ਚੱਕ ਕੇ ਤੁਰ ਪਏ ਗੁਰਮੁਖ ਪਿਆਰੇ ਸਿਆਸੀ ਪਾਰਟੀਆਂ ਦੇ ਨਾਲ ਤੁਰ ਪਏ ਉਹਨਾਂ ਦੇ ਨਾਲ ਨਿੱਜੀ ਆਪਣੇ ਗੁਰਮੁਖ ਪਿਆਰਿਓ ਕੰਮ ਕਰ ਲੈਣ ਵਾਸਤੇ ਨਿੱਜੀ ਹਿੱਤਾਂ ਦੇ ਵਾਸਤੇ ਉਹਨਾਂ ਨੇ ਧਰਮ ਨੂੰ ਤਲਾਂਜਲੀ ਧਾਰਮਿਕ ਡਿਊਟੀ ਨੂੰ ਤਲਾਂਜਲੀ ਦੇ ਕੇ ਇਸ ਪਾਸੇ ਤੁਰ ਪਏ ਬੜਾ ਵੱਡਾ ਨਿਘਾਰ ਹੈ ਗਿਰਾਵਟ ਆ ਜਿਹਨਾਂ ਦੀ ਜ਼ਿੰਮੇਵਾਰੀ ਸੀ ਤੇ ਮੁੱਖ ਤੌਰ ਤੇ ਜਿਹਨੂੰ ਅਸੀਂ ਸ਼ਹੀਦੀਆਂ ਪਾ ਕੇ ਹੌਂਦ ਵਿੱਚ ਲਿਆਂਦਾ ਸਾਡੀ ਗੁਰਮੁਖ ਪਿਆਰੇ ਮਿੰਨੀ ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨਾਂ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਤੇ ਅੱਜ ਜੋ ਹਾਲਾਤ ਹੋਏ ਪਏ ਤੁਹਾਨੂੰ ਪਤਾ ਹੀ ਹੈ ਮੈਂ ਬੇਨਤੀ ਕਰੂੰਗਾ ਪੰਡਾਲ ਦੇ ਬਾਹਰ ਨਾ ਬੱਚਿਆਂ ਦੀ ਆਵਾਜ਼ ਬੜੀ ਆ ਰਹੀ ਦੋ ਚਾਰ ਸੇਵਾਦਾਰ ਡਿਊਟੀ ਨਿਭਾਓ ਪੰਡਾਲ ਚ ਸਾਰੀ ਸੰਗਤ ਸ਼ਾਂਤ ਬੈਠੀ ਹੈ ਬਾਹਰਲੇ ਪਾਸੇ ਬੜਾ ਰੌਲਾ ਸੇਵਾਦਾਰ ਇੱਕ ਦੋ ਡਿਊਟੀ ਨਿਭਾਓ ਉਹਨਾਂ ਨੂੰ ਲੰਗਰ ਪਾਣੀ ਛਕਾਓ ਤੇ ਪੰਡਾਲ ਚ ਬਿਠਾਓ ਨਹੀਂ ਤੇ ਘਰਾਂ ਨੂੰ ਤੋਰ ਦੋ ਪੰਡਾਲ ਦੇ ਆਲੇ ਦੁਆਲੇ ਨਾ ਰੌਲਾ ਪਾਉਣੇ ਪੜਦੇ ਹੀ ਲੱਗੇ ਹੋਏ ਆ ਆ ਜਿਹੜਾ ਸਾਮਿਆਨੇ ਵਗੈਰਾ ਟੈਂਟ ਆ ਇਹ ਕਿਹੜੀਆਂ ਕੰਧਾਂ ਨੇ ਵੀ ਬਾਹਰਲੀ ਆਵਾਜ਼ ਅੰਦਰ ਨਹੀਂ ਆਉਣੀ ਇਸ ਕਰਕੇ ਸੇਵਾਦਾਰ ਕੰਟਰੋਲ ਕਰੋ ਸਾਰਾ ਕੁਝ ਰੱਬ ਆਸਰੇ ਨਾ ਛੱਡਿਆ ਕਰੋ ਭਾਵੇਂ ਹੈ ਸਾਰਾ ਕੁਝ ਰੱਬ ਆਸਰੇ ਹੀ ਆ ਪਰ ਸਤਿਗੁਰ ਨੇ ਉਦਮ ਵੀ ਦਿੱਤਾ ਜਿੱਥੇ ਏਡਾ ਪ੍ਰਬੰਧ ਤੁਸੀਂ ਸੇਵਾਦਾਰਾਂ ਨੇ ਕੀਤਾ ਇਹ ਪ੍ਰਬੰਧ ਵੀ ਕਰਨਾ ਉਦਮ ਕਰਿੰਦਿਆਂ ਜੀਓ ਤੂੰ ਕਮਾਉਂਦਿਆਂ ਸੁੱਖ ਪਹੁੰਚ ਉਦਮ ਵੀ ਕਰਨਾ ਬੱਚਿਆਂ ਤੇ ਕੰਟਰੋਲ ਕਰੋ ਜਿਹੜੇ ਮਾਂ ਬਾਪ ਲੈ ਕੇ ਆਏ ਆ ਉਹ ਨਾਲ ਬਿਠਾਓ ਜਿਨ੍ਹਾਂ ਦੇ ਮਾਂ ਬਾਪ ਨਹੀਂ ਆਏ ਜਿਨ੍ਹਾਂ ਨੇ ਬੱਚੇ ਭੇਜਦੇ ਆ ਵੀ ਜਾਓ ਤੁਸੀਂ ਜਾ ਕੇ ਬਾਬਿਆਂ ਦੇ ਕੰਨ ਖਾਓ ਸਾਨੂੰ ਆਰਾਮ ਕਰਨ ਦਿਓ ਉਹਨਾਂ ਦਾ ਤੁਹਾਨੂੰ ਹੀ ਕੰਟਰੋਲ ਕਰਨਾ ਪੈਣਾ ਉਹ ਤੁਹਾਨੂੰ ਸੰਭਾਲਣੇ ਪੈਣੇ ਆ ਕਿਉਂ ਕਿਉਂਕਿ ਜਿਹੜੇ ਆਪ ਨਹੀਂ ਨਾ ਆਏ ਉਹਨਾਂ ਬੱਚਿਆਂ ਨੂੰ ਭੇਜਤਾ ਵੀ ਜਾਓ ਜਾ ਕੇ ਅਸੀਂ ਘੜੀ ਆਰਾਮ ਕਰ ਲਈਏ ਤੁਸੀਂ ਜਾ ਕੇ ਬਾਬਿਆਂ ਦੇ ਕੰਨ ਖਾਓ ਉੱਥੇ ਤੇ ਉਹਨਾਂ ਦਾ ਕੰਟਰੋਲ ਤੇ ਹੁਣ ਸੇਵਾਦਾਰਾਂ ਨੂੰ ਹੀ ਕਰਨਾ ਪਊ ਨਾ ਇਸ ਕਰਕੇ ਬੇਨਤੀ ਹੈ ਕੰਟਰੋਲ ਕਰੋ ਬਾਹਰੋਂ ਆਵਾਜ਼ ਨਾ ਆਵੇ ਪੰਡਾਲ ਦੇ ਵਿੱਚੋਂ ਤੁਸੀਂ ਸਾਰੇ ਇੰਨੇ ਸ਼ਾਂਤ ਚਿੱਤ ਆਨੰਦ ਮਾਣ ਰਹੇ ਹੋ ਦੁਨੀਆਂ ਭਰ ਚ ਸੰਗਤਾਂ ਬੈਠੀਆਂ ਕੱਲੀਆਂ ਆਹੀ ਨਹੀਂ ਵੀ ਹਜ਼ਾਰਾਂ ਸੰਗਤਾਂ ਤੁਸੀਂ ਇੱਥੇ ਬੈਠੇ ਹੋ ਲੱਖਾਂ ਸੰਗਤਾਂ ਵਿਦੇਸ਼ਾਂ ਵਿੱਚ ਬੈਠੀਆਂ ਆਨੰਦ ਮਾਣ ਰਹੀਆਂ ਨੇ ਇੰਟਰਨੈਟ ਦੇ ਫੇਸਬੁੱਕ ਦੇ ਮਾਧਿਅਮ ਦੇ ਰਾਹੀਂ ਅਮੈਰੀਕਾ ਚ ਬੈਠੇ ਸਿੱਖ ਕੈਨੇਡਾ ਚ ਇੰਗਲੈਂਡ
यूरोप कंट्रियां अरब कंट्रियां फॉरन कंट्रियां च बैठे सिख लाइव आनंद माण रहे है रिकॉर्डिंग हो रही है बाद विच भी लखां संगतां ने आनंद मानना ते जे आ रौले रप्पे दी बाहरों आवाज विच आई गई फिर आनंद नहीं बजना गुरमुख प्यारे विघन पैंदा एकाग्रता च सावधानता च इस करके बेनती नूं प्रवान करना सेवादारा ने कंट्रोल करो बच्चों के रौले रप्पे की आवाज से रोजाना बेनती ना करनी पवे कल का दीवान बाकी है अपने कोल कल नूं भी इसे तरह क्योंकि दिन के समागम है रात नूं तां तकरीबन विरले सतसंगी बच्चे आउंदे नहीं ते बहुते सौ जांदे घरां च रात के दीवाना विच नहीं रौला रप्पा हुंदा रात नूं बड़ी कागरता हुंदी है पर दिन के दीवाना नाले अज हुण भी छुट्टी का दिन है भगत रविदास जी के जन्म दिहाड़े की सरकारी छुट्टी है ते बच्चे स्कूलों तो भी वेले है इस करके हुण बच्चे काफी गिणती च आए आ पर उन्हां नूं प्यार नाल बिठाओ भगत ध्रुव प्रहलाद दे वारस बनाउणा उन्हां नूं सब जादियां दे वारस बनाउणा सत साल नौ साल दियां जिन्हां धर्म वास्ते नीहां च खड़ गईआं उन्हां तों सिख्या लैके सानूं अजे संगत विच ही नहीं बहिणा आया गुरमुख प्यारिओ साडे बच्चियां नूं असीं उन्हां साहिबजादियां तों सिख्या दवाउणी आ ध्रुव प्रहलाद तों सिख्या दवाउणी आ ते उन्हां नूं गुरु नाल गुरमत नाल परमात्मा नाल जोड़ना आओ ध्यान जोड़ो सारियां संगतां बेनती प्रवान करो ते मिलके उचारण करो सतनाम श्री वाहे दुनिया भर च बैठिया सिख संगतां आनंद माण रही इस मंडवी के समागमां दा ते सारे लाहा लईए अज गुरमुख प्यारे भगत रविदास जी के जन्म जन्म दिहाड़े ते चल रहे समागम साहिबे कमाल गुरु गोबिंद सिंह सच्चे पातशाह दे 350 साल प्रकाश शताब्दी नूं समर्पित ते सारिआं ने लाहा लैणा गुरमुख प्यारिओ नीचे ऊच करै मेरा गोबिंद काहू ते ना डरै नाम देव कबीर तलोचण सदना सैन करै जिन्हां बंदगी भगती करके ते आओ असीं बंदगी भगती करके अपने जीवन नूं सवारना उन्हां दे जीवन तों सिख्या लैणी है जेड़े अजे तक नहीं जुड़े जुड़ना गुरु दे नाल परमात्मा दे नाल बंदगी दे नाल भगत रविदास जी दी बंदगी देखो उन्होंने गुरमुख प्यारियो जात पात तो उपर उठन दा सानू जो होका दिता साडे गुरुआं ने भगतां ने ते आओ जात पात मिट जांदी गुरु नानक दी संगत विच आके सतगुर ने संगत पंगत दिती फिर खंडे बाटे दा अमृत दिता जेड़े सरोवर ते बौलियां सतगुरां ने रचियां एक बौली च सारे इशनान करो एक सरोवर च सारे बराबर इशनान करो एक पंगत च सारे बैठो ये जात पात नूं खत्म करन दा तरीका मेरे सतगुर सच्चे पातशाह दा ते फिर एक खंडे बाटे दा अमृत एक बाटे च सारिआं नूं अमृत छकाउणा ये भी ऊच नीचता नूं खत्म करन दा भेद भाव नूं खत्म करन दा सी सतगुर दा ते ताही अज अमृत छक गुरु आले बनना ग्रंथी सिंह दे कोल गुरमुख प्यारे जो त्यार बर त्यार गुरसिख गुरु दी सेवा करदे दमदमी टकसाल तों विद्या प्राप्त कीती होई गुरमत दी उहनां दे कोल प्रबंधक वीरां कोले गुरु घर दे प्रबंधकां समागम दे प्रबंधकां कोले अपने नां लिखाओ ते गुरु के जहाजे चढ़ना सतगुरु का जन्म है गमन मिटाया सतगुरु बाजों गुरनी कोई नगुरे का है नाउ बुरा गुरु वाले बनना है गुरमुख प्यारे गुर सिख बनना है जिन्हां दी जिम्मेवारी सी उन्हां जिम्मेवारी नहीं निभाई इन्हां निघार आ गया देखो मैं भी बेनती कर दिया गुरमुख प्यारे सियासी लोगां ने ते वंडियां पाईआं ही वोटां दी खातर उन्हां ने भाईचारियां च वंडिया फिर भाईचारे दे इक अद्धे बंदे नूं अपने नाल ला लैणा बाकियां नूं उहदे पिछे भी चल वोटां पक्कियां राजनीतिक लोगां ने ते कीता ही साडी जिहड़ी धार्मिक जमात श्रोमणी गुरद्वारा प्रबंधक कमेटी उहदे अंदर भी गुरमुख प्यारिओ इह जिहड़ी जात पात दी बुराई सी समाजिक बुराई उह पनपी उपर फुल्लत होई किस तरीके दे नाल कि अज श्रोमणी गुरद्वारा प्रबंधक कमेटी दियां वोटां पैंदियां ने ना जदों ते वोटां बनदियां ने तुहाडियां उहदे विच भी खाना गुरमुख प्यारिओ आ गया उहदे विच लिखणा पैंदा कि जट सिख नाई सिख झीवर सिख मजहबी सिख श्रोमणी गुरद्वारा प्रबंधक कमेटी दा वोटर कार्ड होवे वोट गुरद्वारे दे प्रबंध लई ते वोट उस गुरु घर वास्ते जिथे गुरु ग्रंथ साहब प्रकाश है ते जेड़ा गुरु ग्रंथ साहब सच्चे पातशाह सारी मानस जात नूं इकट्ठिया संबोधन खत्री ब्राह्मण सूद वैस उपदेश चौं वरना को संझा
ते जेड़ा गुरु ग्रंथ साहिब सच्चे पातशाह सारी मनुखता नू एक बराबर है रहण दा ते होण दा उपदेश दिंदा उस गुरु घर दे प्रबंध लई वोटां पै रहीआं ते उहदे च वी जातां गोतां बड़ा वड्डा निघार आ मसला उठिया सी पर किसे कंडे बटे नहीं लगे आ हुण फिर गुरमुख प्यारे वोटां पैणगीआं आउण वाले समें श्रोमणी कमेटी दीआं ते जिन्हां दीआं नहीं बणीआं वोटां क्योंकि गुरमुख प्यारे पहलां सहज धारी ते अमृतधारी गुरसिख दीआं वोटां दा जो सरकारी केस भी चल रहा सी ते हुण साबत सूरत गुरसिखां नूं ही वोट करन दा अधिकार प्राप्त होया कि साबत सूरत सिख ही भावें सेवादार ते गुरमुख प्यारियो बिना केसां तों भी शरदा भावना बहुत आ सेवा करदा सेवा दी कोई कमी नहीं पर प्रबंध दे विच क्योंकि नहीं ते एक सहम समा ऐसा आवेगा गुरु दे सिधांत गुरु दी मर्यादा पासे ते बगैर दाड़े केसां तो अकाल तख्त दा जथेदार बगैर दाड़े केसां श्रोमणी कमेटी दा प्रधान फिर ओ प्रफुल्लित हो जानी सी गल फिर साडे सरूप दी गल पासे हो जानी सी ये फैसला ते वधिया होया कि साबत सूरत सिख अमृतधारी सिख ही वोट कर सके साबत सूरत सिख गुरु घर दे प्रबंध लई सेवा कोई कर सकदा सेवा च किसे नूं कोई रुकावट नहीं दर्शना च रुकावट नहीं पर गुरबाणी दा प्रचार प्रसार ते गुरबाणी दी वोट दा अधिकार ओ साबत सूरत गुरसिख वास्ते पर इह निघार श्रोमणी गुरद्वारा प्रबंधक कमेटी दे वोटर कार्डां च वी कि उत्थे वी जातां गोतां लिखणियां पैंदियां सियासी लोगां ने ते वंडियां पाईआं ही इथे धार्मिक जिवे पहला मनु समृद्धि च वंडिया ब्राह्मण ने वंडिया समाज न पंडिया ने वंडिया समाज न उसे तरह गुरमुख प्यारे अज श्रोमणी गुरद्वारा प्रबंधक कमेटी दे वोटर कार्डा च नहीं होना चाहिदा निकलना चाहिदा पर सियासी लोग साडिया इन्हां धार्मिक संस्थावां ते जेड़े काबज आ साडे तख्तां ते ओ लोग इह फैसला होण ही नहीं दिंदे इस पासे तोरदे ही नहीं कि उन्हां ते वोटां लैणियां कब्जा जमाई रखना गुरु कृपा करे गुरमुख प्यारियो साडे तख्तां तों साडियां इन्हां श्रोमणी संस्थावां तों सियासी कब्जा सियासी गलबा लथे ते सेवा संभाल तुहाडे हथ विच आवे ते तुसीं खुद इन्हां फिर अलामतां नूं इन्हां बुराईआं नूं दूर करो जिवें सरबत खालसा दे विच तुसीं सरकारी जथेदारां नूं पासे करके ते खुद अपने जथेदार सेवादार चुन लए आ ते हुण इसे तरह मर्यादा हुण वोटां दा रिजल्ट भी आ जाणा थोड़े दिनां तक ते जे बदला सदली हुंदी गुरमुख प्यारियो काबज लोग सत्ता तों परे हुंदे आ ते फिर श्रोमणी गुरद्वारा प्रबंधक कमेटी दीआं वी तुसीं खुद क्योंकि ओह हुण चोणां दा सिस्टम बणिआ होइआ ते उहनां चोणां दे राहीं प्रबंध अपने हत्थां च लै के फिर उहनां तख्तां तों वी सियासी गलबा ला सकदे ते सही आ जिहड़े साडे मसले आ पंथ दे ਜਿਹੜੀਆਂ ਸਾਡੇ ਚ ਦੁਬਧਾਵਾਂ ਨੇ ਜਾਂ ਜਿਨ੍ਹਾਂ ਤੇ ਸਾਡੇ ਆਪਸੀ ਵਖਰੇਵੇਂ ਆ ਉਹਨਾਂ ਨੂੰ ਦੂਰ ਕਰ ਸਕਦੇ ਆਪਾਂ ਚਾਹੀਦਾ ਤੇ ਇਹੀ ਆ ਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਬਾਕੀ ਜਥੇਦਾਰ ਜਿਹੜੇ ਸਹਿਯੋਗੀ ਪੰਜ ਤਖ਼ਤਾਂ ਦੇ ਉਹਨਾਂ ਦੇ ਫਰਜ਼ ਤਾਂ ਇਹੀ ਆ ਵੀ ਉਹ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਨ ਜਿਹੜੀਆਂ ਕੌਮ ਦੇ ਸਾਹਮਣੇ ਮੁਸ਼ਕਲਾਂ ਆਉਂਦੀਆਂ ਉਹਨਾਂ ਤੇ ਫੈਸਲਾ ਲੈਣ ਵਧੀਆ ਤਰੀਕੇ ਜੋ ਗੁਰਮਤ ਮਰਿਆਦਾ ਅਨੁਸਾਰ ਆ ਕਿਸੇ ਸਿਆਸੀ ਦਬਾਅ ਚ ਨਹੀਂ ਸਿਆਸੀ ਲੋਕਾਂ ਦੇ ਇਸ਼ਾਰੇ ਤੇ ਨਹੀਂ ਸਹੀ ਫੈਸਲਾ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਭੇਖ ਉਤਾਰਨ ਦੀ ਗੁਰਮੁਖ ਪਿਆਰਿਓ ਕੋਸ਼ਿਸ਼ ਅੰਮ੍ਰਿਤ ਛਕਾਉਣ ਦੀ ਨਕਲ ਤੇ ਫਿਰ ਫੈਸਲਾ ਲਿਆ ਗਿਆ 17 ਮਈ 2007 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਪੂਰੇ ਪੰਥ ਦੀਆਂ ਭਾਵਨਾਵਾਂ ਅਨੁਸਾਰ ਹੁਕਮਨਾਮਾ ਜਾਰੀ ਹੋਇਆ ਬਾਈਕਾਟ ਦਾ ਕਿ ਡੇਰੇ ਦਾ ਬਾਈਕਾਟ ਆ ਤੇ ਗੁਰਮੁਖ ਪਿਆਰੇ ਹੁਕਮਨਾਮਾ ਸੀ ਪੰਥ ਦੀਆਂ ਭਾਵਨਾ ਕੋਈ ਰਾਜ ਸੀ ਉੱਥੇ ਜ਼ੋਰ ਨਹੀਂ ਚੱਲਿਆ ਕਿਸੇ ਦਾ ਧਾਰਮਿਕ ਭਾਵਨਾਵਾਂ ਅਨੁਸਾਰ ਫੈਸਲਾ ਲਿਆ ਗਿਆ ਪੂਰੀ ਕੌਮ ਨੇ ਪਹਿਰਾ ਦਿੱਤਾ ਫਿਰ ਸਿਆਸਤ ਆਈ ਜਿਹੜੇ ਲੋਕ ਕਾਬਲ ਸੀ ਉਹਨਾਂ ਨੂੰ ਵੋਟਾਂ ਚਾਹੀਦੀਆਂ ਸੀ ਤੇ ਵੋਟਾਂ ਖਾਤਰ ਉਹਨਾਂ ਨੇ ਉਸ ਹੁਕਮਨਾਮੇ ਨੂੰ ਬਦਲਣ ਲਈ 24 ਸਤੰਬਰ 2015 ਨੂੰ ਮਾਫ਼ੀਨਾਮਾ ਜਾਰੀ ਕਰਾਤਾ ਤੁਹਾਨੂੰ ਪਤਾ ਹੀ ਆ ਜਥੇਦਾਰ ਕਠਪੁਤਲੀਆਂ ਬਣ ਗਏ ਸਰਕਾਰ ਦੇ ਕਾਬਜ ਲੋਕਾਂ ਦੇ ਨਾਗਪੁਰ ਵਾਇਆ ਚੰਡੀਗੜ੍ਹ ਹੁਕਮ ਆਇਆ ਵੀ ਡੇਰੇ ਨੂੰ ਮਾਫ਼ ਕਰ ਦਿਓ ਵੋਟਾਂ ਲੈਣੀਆਂ ਨੇ ਗਾ ਤੇ ਗੁਰਮੁਖ ਪਿਆਰਿਓ ਤੁਹਾਡੇ ਸਾਹਮਣੇ ਮਾਫ਼ੀਨਾਮਾ 24 ਸਤੰਬਰ ਨੂੰ ਜਾਰੀ ਹੋਇਆ ਪਰ ਪੂਰੀ ਕੌਮ ਪੰਥ ਵਿਰੋਧ ਵਿੱਚ ਖੜ ਗਿਆ ਰੱਦ ਕਰ ਦਿੱਤਾ ਉਹਨਾਂ ਜਥੇਦਾਰਾਂ ਦੇ ਸਿਆਸੀ ਹੁਕਮ ਨੂੰ
ਤੇ ਫਿਰ ਤੁਹਾਨੂੰ ਪਤਾ ਉਹਨਾਂ ਨੂੰ ਵੀ ਵਾਪਸ ਲੈਣਾ ਪੈ ਗਿਆ। 16 ਅਕਤੂਬਰ ਨੂੰ 2015 ਨੂੰ ਮੁੜ ਮਾਫ਼ੀਨਾਮਾ ਰੱਦ ਕਰਨਾ ਪਿਆ ਤੁਹਾਡੀਆਂ ਭਾਵਨਾਵਾਂ ਅੱਗੇ, ਤੁਹਾਡੇ ਰੋਹ ਅੱਗੇ, ਕਿਉਂਕਿ ਗੁਰਮੁਖ ਪਿਆਰੇ ਹੋਣਾ ਤੇ ਉਹੀ ਹੈ ਨਾ। ਸਿਆਸੀ ਲੋਕਾਂ ਦੇ ਕੀਤਿਆਂ ਕੁਝ ਨਹੀਂ ਹੁੰਦਾ ਜੇ ਤੁਸੀਂ ਖੜੇ ਹੋ ਜਾਓ। ਸਿਆਸੀ ਲੋਕਾਂ ਦੇ ਸਾਰਿਆਂ ਦੇ ਜਥੇਦਾਰ ਕੁਛ ਨਹੀਂ ਕਰ ਸਕਦੇ ਜੇ ਤੁਸੀਂ ਆਪਣੀ ਤਾਕਤ ਨੂੰ ਪਛਾਣ ਲਓ। ਫਿਰ ਤਾਂ ਗੁਰਮੁਖ ਪਿਆਰਿਓ ਕਹਿ ਦਿੱਤਾ ਨਾ ਵਿਦਵਾਨਾਂ ਨੇ, ਇਤਿਹਾਸਕਾਰਾਂ ਨੇ ਕਿ ਅੰਤ ਨੂੰ ਸੋਈ ਹੋਸੀ ਜੋ ਕਰੂਗਾ ਖਾਲਸਾ ਪੰਥ ਮੀਆਂ, ਜੋ ਖਾਲਸਾ ਪੰਥ ਕਰੂ ਫਿਰ ਉਹੀ ਹੋਇਆ। ਪੰਥ ਨੇ ਰੱਦ ਕਰਤਾ, ਪੰਥ ਨੇ ਸਰਬੱਤ ਖਾਲਸਾ ਕੀਤਾ ਤੇ ਪੰਥ ਨੇ ਸੇਵਾਵਾਂ ਸੌਂਪੀਆਂ। ਗੁਰਮੁਖ ਪਿਆਰਿਓ ਅੱਜ ਤੁਹਾਡੇ ਹੱਥਾਂ ਚ ਸੇਵਾਵਾਂ, ਤੇ ਅੱਜ ਜਿਵੇਂ ਫਿਰ ਉਹਨਾਂ ਹੁਕਮਨਾਮਿਆਂ ਨੂੰ ਪਿੱਠ ਦੇ ਕੇ ਜਿਸ ਤਰ੍ਹਾਂ ਸਿਆਸੀ ਸਮਝੌਤੇ ਵੋਟਾਂ ਦੀ ਖਾਤਰ ਆ ਪਿਛਲੇ ਦਿਨਾਂ ਚ ਚੋਣਾਂ 4 ਫਰਵਰੀ ਨੂੰ ਹੋਈਆਂ, ਉਦੋਂ 2 ਦਿਨ ਪਹਿਲਾਂ ਜਿਵੇਂ ਸਿਆਸੀ ਸਮਝੌਤੇ ਕੀਤੇ ਗਏ, ਹੁਕਮਨਾਮੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦੇ ਕੇ ਸਿਆਸੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਸੀ, ਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਨਹੀਂ ਹੋਰ ਵੀ ਕਈ ਪਾਰਟੀਆਂ ਦੇ ਜਾ ਕੇ ਡੇਰੇ 'ਚ ਵੋਟਾਂ ਮੰਗਦੇ। ਗੁਰਮੁਖ ਪਿਆਰਿਓ ਕੋਈ ਗੈਰ ਸਿੱਖ ਮੰਗੇ ਕੋਈ ਇਤਰਾਜ਼ ਨਹੀਂ, ਪਰ ਜਿਹੜਾ ਸਿੱਖ ਕਹਾਉਂਦਾ ਤੇ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਉਹਦੇ ਤੇ ਲਾਗੂ ਹੁੰਦਾ ਤੇ ਉਹ ਸਿੱਖ ਹੁਕਮਨਾਮੇ ਨੂੰ ਪਿੱਠ ਦੇ ਕੇ ਵੋਟਾਂ ਦੇ ਲਾਲਚ ਵਿੱਚ ਆ ਕੇ ਤੇ ਗੁਰਮੁਖ ਪਿਆਰਿਓ ਇਸ ਤਰ੍ਹਾਂ ਦੀ ਗੱਲ ਕਰੇ। ਤੁਹਾਨੂੰ ਪਤਾ ਹੀ ਹੈ ਕਿਵੇਂ ਉੱਥੇ ਸਟੇਜ ਤੇ ਸਮਝੌਤੇ ਕਿਵੇਂ ਗਿੱਧੇ ਪਾਏ ਗਏ, ਜਕਾਰੇ ਛੱਡੇ ਗਏ। ਇਹ ਵੀ ਕਿਹਾ ਗਿਆ ਕਿ 2007 ਤੋਂ ਬਾਅਦ ਜਿਹੜੀਆਂ ਚਰਚਾਵਾਂ ਬੰਦ ਅਸੀਂ ਕਰਾਵਾਂਗੇ, ਅਸੀਂ ਇੱਥੇ ਡੇਰੇ ਵਾਲੇ ਨੂੰ ਲੈ ਕੇ ਆਵਾਂਗੇ, ਸਾਡੀ ਸਰਕਾਰ ਬਣਾਓ। ਅਕਾਲ ਤਖ਼ਤ ਸਾਹਿਬ ਦਾ ਕੋਈ ਭੈ ਨਹੀਂ, ਕੋਈ ਗੁਰੂ ਗ੍ਰੰਥ ਸਾਹਿਬ ਦਾ ਡਰ ਨਹੀਂ, ਭੈ ਨਹੀਂ, ਕੋਈ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦਾ ਭੈ ਨਹੀਂ। ਦੇਖੋ ਗੁਰਮੁਖ, ਕੋਈ ਗੈਰ ਸਿੱਖ ਹੋਵੇ ਕੋਈ ਇਤਰਾਜ਼ ਨਹੀਂ। ਚੰਦਪੁਰੇ ਨਗਰ ਤੋਂ ਸੰਗਤਾਂ ਜਿੱਥੇ 1-2-3 ਮਾਰਚ ਦੇ ਹਰ ਸਾਲ ਦੀਵਾਨ ਹੁੰਦੇ ਆ, ਉੱਥੋਂ ਵੀ ਸੰਗਤਾਂ ਪਹੁੰਚੀਆਂ ਨੇ। ਸਲਾਨਾ ਸਮਾਗਮ 1-2-3 ਮਾਰਚ ਦਾ ਚਾਂਦਪੁਰਾ ਨਗਰ ਜੋ ਜਾਖਲ ਮੰਡੀ ਦੇ ਨੇੜੇ ਹੈ, ਔਰ ਇਸੇ ਤਰ੍ਹਾਂ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦਾਦੂ ਸਾਹਿਬ ਦਾ ਵੱਡਾ ਸਮਾਗਮ ਜਿਹੜਾ ਉਹ 18-19 ਫਰਵਰੀ ਦਾ। ਗੁਰਮੁਖ ਪਿਆਰਿਓ ਆਹੀ 7-8 ਦਿਨ ਬਾਕੀ ਆਪਣੇ ਕੋਲ, 19 ਤਰੀਕ ਨੂੰ ਵੱਡਾ ਸਮਾਗਮ ਗੁਰਦੁਆਰਾ ਦਾਦੂ ਸਾਹਿਬ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਨੇੜੇ, 15 ਕੁ ਮਿੰਟ ਦਾ ਰਸਤਾ। ਆਪ ਸੰਗਤਾਂ ਨੂੰ ਪਤਾ, ਜਿਹੜੀਆਂ ਸੰਗਤਾਂ ਉੱਥੇ ਗਈਆਂ ਨੇ ਦਰਸ਼ਨ ਦਿਦਾਰੇ ਕੀਤੇ, ਸਮਾਗਮਾਂ ਦੀ ਹਾਜ਼ਰੀਆਂ ਭਰੀਆਂ ਬੇਅੰਤ। ਪੰਥ ਪ੍ਰਸਿੱਧ ਰਾਗੀ ਜਥੇ, ਢਾਡੀ ਜਥੇ, ਪੰਥ ਪ੍ਰਸਿੱਧ ਮਹਾਂਪੁਰਸ਼ ਵਿਦਵਾਨ ਉੱਥੇ ਪਹੁੰਚ ਕੇ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਨਗੇ। ਸਤਿਕਾਰਯੋਗ ਸਿੰਘ ਸਾਹਿਬਾਨ, ਰਾਗੀ ਢਾਡੀ ਸੰਤ ਮਹਾਂਪੁਰਖ, 19 ਫਰਵਰੀ ਦਾ ਵੱਡਾ ਸਮਾਗਮ ਹੈ ਦਾਦੂ ਸਾਹਿਬ ਵਿਖੇ, ਉੱਥੇ ਵੀ ਸੰਗਤਾਂ ਦਰਸ਼ਨ ਦਿਦਾਰੇ ਦੇਣੇ ਹੈ। ਔਰ 1-2-3 ਮਾਰਚ ਦਾ ਚੰਦਪੁਰੇ ਨਗਰ ਵੀ ਸਮਾਗਮ ਹੈ ਵੱਡਾ, ਉੱਥੇ ਵੀ ਦਰਸ਼ਨ ਦਿਦਾਰੇ ਦੇਣੇ, ਤੇ ਕੱਲ੍ਹ ਦਾ ਦੀਵਾਨ